ਹਾਏ 75,000 ਨੂੰ ਸਿਉਣਾ ਹੈ ਹੈਂ? ਕਿਵੇਂ ਖੜੀ ਆ ਡੁੰਨ ਵੱਟਾ ਬਣੀ ਨਪੁੱਤੀ ਦੀ ਐਥੀ ਆ ਤੇਰਾ ਦਿਮਾਗ ਕਿੱਧਰ ਵਾ ਕਾ ਠਿਕਰਾ? ਲੱਚੀ ਪਤਾ ਨਹੀਂ ਕਿੱਧਰ ਗਿਆ, ਸਵੇਰ ਦਾ ਗਿਆ, ਹਜੇ ਤੱਕ ਆਇਆ ਨਹੀਂ ਹੈਗਾ, ਰੋਟੀ ਰਾਟੀ ਵੀ ਨਹੀਂ ਖਾ ਕੇ ਗਿਆ, ਪਤਾ ਨਹੀਂ ਕਿਹੜੇ ਪਾਸੇ ਗਿਆ। ਭਾਂਡੇ ਦਾ ਮਾਸ ਤੇ ਹੁਣ ਮੈਂ ਗੋਹਾ ਸੁੱਟਿਆ ਵਾ, ਗੋਹਾ ਰਹਿ ਗਿਆ ਮੇਰਾ ਤਾਂ। ਹੁਣ ਕਿੱਧਰ ਜਾਂਦੇ ਵੀਰਪਾਲ? ਮੈਂ ਬੇਬੇ ਬਾਹਰ ਜਾਂਦੀ ਸੀ। ਕੀ ਕਰਨਾ ਬਾਹਰੇ? ਮੈਂ ਬੇਬੇ ਭੁੱਲ ਗਈ, ਜਾਂਦੀ ਸੀ ਬਾਹਰੇ, ਮੈਂ ਕੰਮ ਸੀ। ਜਾਂਦੀ ਦਾ ਤਾਂ ਮੈਨੂੰ ਵੀ ਪਤਾ ਹੈ ਵੀ ਬਾਹਰ ਜਾਂਦੀ ਸੀ, ਕੀ ਕਰਨ ਜਾਂਦੀ ਤੀ? ਪਤਾ ਨਹੀਂ ਬੇਬੇ ਭੁੱਲ ਗਈ, ਦਿਮਾਗ 'ਚ ਨਿਕਲ ਗਿਆ। ਕੋਈ ਕੰਮ ਕਰਨ ਜਾਂਦੀ ਤੀ? ਜਾਂਦੀ ਤਾਂ ਮੈਂ ਕੰਮ ਕਰਨੀ ਸੀ। ਕੰਮ ਕਰਨ ਜਾਂਦੀ ਤੀ? ਗਊ ਨਵਾਉਣ ਜਾਂਦੀ ਹੈ? ਨਾ ਬੇਬੇ, ਗਾਂ ਤਾਂ ਨਵਾਤੀ ਸੀ। ਕੱਪੜੇ ਲਾਉਣ ਜਾਂਦੀ ਹੈ? ਨਾ, ਕੱਪੜੇ ਜੇ ਗਿੱਲੇ ਸੀ, ਕੱਪੜੇ ਨਹੀਂ ਲਾਉਣੇ, ਪਤਾ ਨਹੀਂ ਹੋਰ ਕੰਮ ਸੀ, ਭੁੱਲ ਗਈ। ਤੇ ਚੁੱਲ੍ਹੇ 'ਚ ਸਵਾਹ ਵੀ ਉਹ ਤਾਂ ਨਹੀਂ ਕੱਢਣ ਜਾਂਦੀ? ਨਾ, ਸਵਾਹ ਵੀ ਨਹੀਂ ਸੀ। ਹੋਰ ਕੀ ਜੰਮਣ ਵਾਲਿਆਂ ਦਾ ਕਾਰਜਾ ਕਰਨ ਜਾਂਦੀ ਹੈ? ਗੋਹੇ ਦਾ ਪਿਆ ਬੱਠਲ ਭਰਿਆ ਤਾਂ ਆਵਾਜ਼ ਮਾਰਤੀ, ਮੈਂ ਭੁੱਲ ਗਈ ਕੰਮ ਮੇਰੇ ਜਾਸ ਸੀ। ਗੋਹੇ ਦਾ ਬੱਠਲ ਭਰਿਆ ਪਿਆ ਉਹ ਤਾਂ ਨਹੀਂ ਜਾਂਦੀ? ਹਾਂ ਬੇਬੇ, ਗੋਹੇ ਦਾ ਬੱਠਲ ਹੀ ਸਿੱਟਣ ਜਾਂਦੀ ਸੀ। ਦੇਖਾਂ, ਭੁੱਲ ਗਈ। ਮੈਂ ਦੱਸ ਗਈ, ਤੇਰੀ ਨੌਕਰਾਨੀ ਰੱਖੀ ਹੋਈ ਆ ਜਿਹੜੀ, ਸਾਰਾ ਦਿਨ ਤੈਨੂੰ ਦੱਸੀ ਜਾਊਂਗੀ, ਦਿਮਾਗ ਲੈ ਲਿਆ, ਸਿੱਟੇ ਪਰਾਂ ਜਾ ਕੇ ਸਿੱਟਿਆ ਨਹੀਂ ਹੈ। ਨਪੁੱਤੇ ਦਾ ਇਹ ਵੀ ਡੰਡ ਤੀ ਕਰਮਾਂ 'ਚ ਧਰਿਆ ਹੋਇਆ। ਲੈ ਦੱਸ, ਜੇ ਮੈਂ ਨਾ ਘਰੇ ਹੋਵਾਂ ਇਹਨੂੰ ਕੌਣ ਦੱਸੇ ਕੰਮ? ਸਾਰਾ ਦਿਨ ਰਸੋਈ 'ਚ ਪਤਾ ਨਹੀਂ ਕੀ ਕਰਕੇ ਆਈ ਆ, ਦੇਖ ਕੇ ਆਉਂਦੀ ਹਾਂ ਮੈਂ, ਪਤਾ ਹੀ ਨਹੀਂ ਕੀ ਕੁਛ ਕਰਿਆ ਹੋਣਾ। ਕੀ ਹੋ ਗਿਆ? ਗੋਹਾ ਸਿੱਟਦੀ ਸੀ, ਹੋਰ ਕੀ ਕਰਨਾ ਸੀ? ਆਪਣੀ ਰੂੜੀ ਇਹ, ਉਹ ਆਪਣੀ ਰੂੜੀ, ਚਾਚੇ ਕੀ ਰੂੜੀ ਇਹ? ਭੁੱਲ ਗਈ ਸੀ। ਭੁੱਲ ਗਈ ਤਾਂ ਲਿਖ ਕੇ ਲਾਉਣਾ, ਕੱਲੀ ਕੱਲੀ ਚੀਜ਼ ਤੇ ਵੀ ਆਹ ਰੂੜੀ ਆਪਣੀ ਆ, ਉਹ ਵਰਡ ਆਪਣਾ ਗਾ, ਆ ਮੈਂ ਇਸ ਲਈ ਆਪਣੀ ਆ, ਗਾਈ ਆਪਣੀ ਆ, ਲਿਖਣਾ ਪਊ ਕੱਲੀ ਕੱਲੀ ਚੀਜ਼ ਤੇ। ਭੁੱਲ ਗਈ, ਅੱਡੀ ਕੀ ਗੱਲ, ਭੁੱਲ ਜਾਂਦੀ ਆ, ਹਰੇਕ ਗੱਲ ਭੁੱਲ ਜਾਂਦੀ ਆ। ਚੱਲ ਬੜ, ਚੱਲ ਬਾਲੀ ਬਣਾ ਤਾ, ਕੁਛ ਤਾਂ ਬਾਲੀ ਹੈਗੀ ਸੀ, ਭੁੱਲ ਗਈ ਤੂੰ ਆਖ ਯਾਰ। ਗਰਮੀ ਇੰਨੀ ਪੈਂਦੀ ਹੈ। ਬੇਬੇ? ਹਾਂ ਪੁੱਤ। ਸੌਂ ਗਈ ਸੀ? ਬੇ ਪੈ ਗਈ ਤੀ ਰੋਟੀ ਜੀ ਖਾ ਕੇ, ਅੱਖ ਲੱਗ ਗਈ। ਅੱਛਾ, ਕਿੱਧਰ ਵਗ ਗਈ ਤੂੰ ਅੱਜ? ਰੋਟੀ ਰੱਟੀ ਵੀ ਨਹੀਂ ਖਾ ਕੇ ਗਈ। ਮੈਂ ਤਾਂ ਪੈਸੇ ਲੈਣ ਗਿਆ ਸੀ ਰੱਟੀ ਦੇ। ਪੈਸੇ ਸਾਹਮਣੇ ਅੰਦਰ ਧਰਦੀਆਂ ਕਾਹਦੇ ਵਾਸਤੇ? ਚਾਹੀਦੇ ਸੀਗੇ, ਲੋੜ ਸੀ ਉਹਦੇ ਯਾਰ, ਆਪਣੀ ਬੌਲੀ। ਹਾਂ, ਮੈਂ ਜਦੋਂ ਆਇਆ ਹੁਣ ਮਾਨਸਾ ਤੋਂ, ਗੋਹਾ ਚਾਚੇ ਦੀ ਰੋਟੀ ਡਿੱਗੀ ਜਾਵੇ। ਹਾਏ ਵੇ, ਇਹ ਤਾਂ ਰੋਜ਼ ਡਿੱਗਦੀ ਹੋਣੀ ਨਾਲੇ। ਮੈਂ ਕਿਹਾ ਬੌਲੀ ਤੂੰ ਭੁੱਲ ਗਈ? ਹਾਂ। ਅੱਗੇ ਨਹੀਂ ਭੁੱਲ ਗਈ ਪਤਾ? ਹਾਂ ਲੈ, ਅੱਗੇ ਨਹੀਂ, ਅੱਗੇ ਭੁੱਲ ਗਈ ਮੈਂ ਤਾਂ। ਹਾਂ, ਮਗਰ ਲਿਖਣਾ ਪਊ ਕੱਲੀ ਕੱਲੀ ਚੀਜ਼ ਤੇ। ਲਿਖਣ ਵਾਲੀ ਗੱਲ ਕਰਦੀ ਵੀ ਆਪਣਾ, ਅਸਲ ਵਾਲੀ ਚੀਜ਼ ਆਪਣੀ ਆ। ਲੈ ਦੱਸ, ਇਹ ਤਾਂ ਰੋਜ਼ ਹੀ ਛੱਡਦੀ ਹੋਣੀ ਉੱਥੇ। ਹੋਰ ਮੈਂ ਆਉਂਦਾ ਬੇ, ਖਾ ਲੈ ਭਾਈ, ਇਹਨੇ ਤਾਂ ਕੀ ਕਰ ਗਏ। ਆ ਤੂੰ ਹੀ ਸਾਂਭ ਦੀ ਪੈਸੇ ਹੁਣ। ਕੋਈ ਨਾ, ਸਾਂਭ ਦੂੰਗੀ ਪੈਸੇ ਤਾਂ। ਬੱਠਲ ਫੇਰ ਤੋਂ ਨਹੀਂ ਬੰਨਾ, ਲੱਛੀ ਨੂੰ ਚਾਹ ਪਾਣੀ ਦੇ। ਹੋਰ ਉਹ ਆਉਂਦੀ ਹੈ ਤੁਰੀ, ਮੈਨੂੰ ਤਾਂ ਲੱਗਦਾ ਬੱਠਲ ਡਿੱਗ ਗਿਆ ਕਿੱਧਰੇ। ਹੈ ਕੁੜੇ, ਬੱਠਲ ਕਿੱਥੇ ਹੈ?
ਲੈ ਬੇਬੇ ਬੱਠਲ ਉੱਥੇ ਤੇ ਰਹੀ, ਹੁਣ ਅੰਦਰ ਲਿਆਵਾਂ ਰਸੋਈ 'ਚ ਨਾ ਰੱਖਦਾ। ਰਸੋਈ 'ਚ ਨਾ ਰੱਖਦਾ, ਬੋਲਦੀ ਦੇਖ ਕੇ ਮੈਂ। ਇੱਕ ਤਾਂ ਗਰਮੀ ਇੰਨੀ ਪੈਂਦੀ, ਇੱਕ ਤੁਸੀਂ ਮੈਨੂੰ ਬੌਲੀ ਬਣਾ ਛੱਡਿਆ। ਬੌਲੀ ਨਹੀਂ ਬਣਾਇਆ, ਤੂੰ ਸਾਰਾ ਗੋਹਾ ਚੱਕ ਕੇ ਉਹਨਾਂ ਦੀ ਰੂੜੀ ਤੇ ਡਿੱਗ ਜਾਂਦੇ, ਤੇਰੇ ਚਾਚਾ ਕੇ ਸੋਹਣੀ ਤੈਨੂੰ। ਬੇਬੇ ਪਹਿਲਾਂ ਪੋਥੀ ਤਾਂ ਸਿੱਟਦੇ ਹੁੰਦੇ ਸੀ, ਫਿਰ ਆਪਾਂ ਗਾਂ ਵੇਚਤੀ, ਮੈਂ ਭੁੱਲ ਗਈ, ਏਡੀ ਕੀ ਗੱਲ ਹੈ। ਲੈ ਗਾਂ ਵੇਚਤੀ, ਭੁੱਲ ਗਈ ਗਾਂ ਕੀ, ਕਈ ਹਫ਼ਤੇ ਹੋ ਗਏ ਤੇ ਗਾਂ ਦੂਜੇ ਦਿਨ ਗਾਂ ਲਿਆਂਦੀ। ਫਿਰ ਕੀ ਹੋ ਗਿਆ, ਗੋਹਾ ਹੀ ਆ। ਲੈ ਗੋਹਾ ਹੀ ਆ, ਰੇਹ ਪੁੱਛਗਾ ਕੀ ਰੇਟ ਹੈ ਟਰਾਲੀ ਦਾ। 1500 ਨੂੰ ਆ। ਲੈ ਟਰਾਲੀ 1500 ਨੂੰ ਹੈ, ਰੂੜੀ ਉੱਥੇ ਦੀ ਉੱਥੇ ਖੜੀ ਹੈ। ਮੈਂ ਤਾਂ ਉੱਥੇ ਸਿੱਟੇ ਹੁੰਦੀ ਸੀ। ਮੈਂ ਤਾਂ ਉੱਥੇ ਸਿੱਟੇ ਹੁੰਦੀ ਸੀ। ਧੁੱਪ ਹੁੰਦੀ ਸੀ ਇੰਨੀ। ਪਹਿਲਾਂ ਤਾਂ ਮੈਨੂੰ ਐਂ ਦੱਸ, ਮੁੰਡਾ ਰੋਟੀ ਨਹੀਂ ਖਾ ਕੇ ਗਿਆ, ਬਰਾਬਰ ਆ ਕੇ ਬਹਿ ਗਈ, ਤੂੰ ਵੱਧ ਵੱਧ ਬੈਠੀ ਸੀ। ਭੁੱਲ ਗਈ ਬੇਬੇ, ਆਈ ਤਾਂ ਮੈਂ ਆਈ ਸੀਗੀ ਬੱਠਲ ਧਰ ਕੇ। ਫਿਰ ਤੈਨੂੰ ਐ ਨਹੀਂ ਪਤਾ ਇਹਨੇ ਰੋਟੀ ਨਹੀਂ ਖਾਧੀ? ਪੈਸੇ ਤਾਂ ਤਰੇ ਆਉਣੀ ਆ। ਕਿੱਥੇ ਤਰੇ ਨਹੀਂ ਦੱਸਦੀ ਮੈਨੂੰ, ਕਈ ਵਾਰ ਤੂੰ ਬਾਹਰ ਅੰਦਰ ਹੁੰਦੀ ਆ, ਮੈਨੂੰ ਲੋੜ ਹੁੰਦੀ ਆ। ਬੇ ਤਰ ਤਾਂ ਆਉਣੀ ਆ, ਹੁਣ ਹਰੇਕ ਕੰਮ ਤੁਸੀਂ ਤਾਂ ਕਹਿ ਦਿੰਦੇ ਬੇਬੇ ਕਰਕੇ ਆਵੇ, ਗੋਡਿਆਂ ਨਾਲ ਪਤਾ ਜਮੇ ਨਹੀਂ ਤੁਰਿਆ ਜਾਂਦਾ। ਹੁਣ ਇਹਦੀ ਤਾਂ ਇੰਨੀ ਨਿਸ਼ਾਨੀ ਵੀ ਮੈਂ ਇਹਨੂੰ ਪੈਸੇ ਫੜਾ ਦੂੰਗੀ। ਦੱਸ ਤੂੰ ਮੈਨੂੰ ਕਿੱਥੇ ਰੱਖੇਂਗੀ? ਦੱਸੂਗੀ ਤੈਨੂੰ ਆਪਣੇ, ਮੈਨੂੰ ਐਂ ਦੱਸ ਹੋਰ ਆਪਾਂ ਕਿੱਥੇ ਧਰਦੇ ਆ, ਨਮਾਰੀ 'ਚ ਧਰਦੀ ਆ, ਇੱਕੋ ਹੀ ਰੱਖਣਾ ਹੈ। ਬਾ ਠੀਕ ਆ ਫਿਰ, ਉੱਥੇ ਧਰੂੰਗੀ। ਬਾ ਉੱਥੇ ਰੱਖ, ਹੋਰ ਕਿੱਥੇ ਧਰੂੰਗੀ? ਆ ਕੇ ਤੂੰ ਬਾਹਰ ਅੰਦਰ ਹੋਣੀ ਆ। ਬਦਲੇ ਤੂੰ ਲੈ ਲੈਣਾ ਮੇਰੇ, ਕਿੱਥੇ ਮਗਰ ਫਿਰੂੰਗਾ ਮੈਂ। ਹਾਂ ਉਹਨੇ ਤਾਂ ਬੌਲੀ ਬਣਾਈ ਬਣਾਈ ਤੀ, ਪੈਸੇ ਤਾਂ ਫਿਰ ਸਾਹਮਣੇ ਆ ਬੇਬੇ। ਨਵਾਰੀ 'ਚ ਧਰ ਕੇ ਆਉਣੀ ਆ ਪੁੱਤ, ਮੈਨੂੰ ਪਤਾ ਹੈ। ਦੇਖਾਂ ਜੇ ਕਰੀ ਹੋਈ ਪੁੱਛਦੀਆਂ ਨੂੰ ਹੈਂ, ਜੇ ਜਾਊਗੀ ਤਾਂ ਅੜੀ ਸਰ, ਹੋਰ ਪੜੀਏ ਤਾਂ ਪਤੀ ਨਹੀਂ ਜਵਾਬ ਦੇ ਦੇ। ਲਾ ਪਈ ਹੈ ਮੇਲਣ ਬਣੀ, ਕਦੋਂ ਆਵਾਂ ਹੋਏ ਤਾਂ ਪਈ ਦੀ ਪਈ। ਸਤਿ ਸ੍ਰੀ ਅਕਾਲ ਭੈਣੇ। ਸਤਿ ਸ੍ਰੀ ਅਕਾਲ। ਹੋਰ ਕੀ ਬਣਾਉਂਦੀ ਹੈ ਭੈਣ? ਨਹੀਂ ਭੈਣੇ ਕੁਛ ਨਹੀਂ ਬਣਾਉਂਦੀ। ਮੰਜਾ ਬਣਾਉਂਦੀ ਹੈ ਕਦੇ? ਮੰਜੇ ਦੀ ਲਾਦੂ ਆ ਖਵੇ ਤਾਂ। ਨਹੀਂ ਕਿਹੜਾ ਮੰਜੇ ਦੀ ਲਾਦੂ, ਬਸ ਪੁੱਛਣਾ। ਮੈਂ ਤਾਂ ਕਦੋਂ ਆਵਾਂ, ਤੂੰ ਪਈ ਦੀ ਪਈ, ਮੇਲਣ ਬਣਾ ਰੱਖੇ ਤੈਨੂੰ ਨੇ ਹਨਾ। ਹੋਰ ਮੇਰੇ ਵਰਗੀ ਮੇਲਣ ਤਾਂ ਸਾਰੀ ਬਣ ਜਾਣ, ਤੂੰ ਵੀ ਬਣ ਜੀ। ਕੀ ਗੱਲ? ਲੈ ਸੁਣ ਲੈ ਤੂੰ ਮੇਰੀ ਗੱਲ। ਇੰਨੀ ਤੱਪੀ ਪਈ ਆ? ਤੱਪੀ ਨਹੀਂ ਭੈਣੇ, ਮੈਂ ਤਾਂ ਪੂਰੀ ਤੱਪੀ ਪਈ ਆ। ਮੇਰੀ ਸੁਣ ਲੈ ਗੱਲ, ਤੈਨੂੰ ਮੈਂ ਦੱਸਾਂ। ਲੈ ਮੈਂ ਤੇਰੀ ਗੱਲ ਹੀ ਸੁਣ, ਫੇਰ ਹੀ ਤਾਂ ਇੱਥੋਂ ਪੁੱਛੂੰਗੀ। ਨਾ ਨਾ ਕੋਈ ਨਾ, ਪੁੱਛਣ ਵਾਲੀ ਕੋਈ ਗੱਲ ਨਹੀਂ। ਦੇਖ ਤੈਨੂੰ ਮੈਂ ਦੱਸਾਂ। ਅੱਛਾ। ਆ ਕੇ ਆਪਦਾ ਆਪ ਬਗੋਇਆ, ਆਪੇ ਖੱਜਲ ਹੋਇਆ। ਹਾਂ ਭੈਣੇ ਇਹ ਗੱਲ ਸਹੀ ਹੈ, ਹੈ ਨਾ। ਜੇ ਆਪਦਾ ਝੁੱਗਾ ਚੱਕੂਗੀ ਤਾਂ ਆਪਦੇ ਹੀ ਢਿੱਡ ਨੰਗਾ ਹੋ, ਢਿੱਡ ਨੰਗਾ ਹੋ, ਗੱਲ ਸਹੀ ਹੋਊਗਾ ਕਿ ਨਾ? ਤੂੰ ਆਪਦੀ ਹੈ, ਮੈਂ ਤੇਰੇ ਕੋਲ ਤਾਂ ਗੱਲ ਕਰਦੇ ਆ। ਮੈਂ ਤਾਂ ਭੈਣੇ ਕਿਸੇ ਕੋਲੇ ਗੱਲ ਕਰਨ ਯੋਗੀ ਵੀ ਨਹੀਂ। ਅੱਛਾ। ਚੋਰ ਦੀ ਮਾਂ ਕੋਠੀ 'ਚ ਮੂੰਹ, ਸਵੇਰੇ ਉੱਠ ਕੇ ਗੋਹਾ ਸੁੱਟਣ ਜਾਂਦੀ ਹੈ ਬਹੂ। ਅੱਛਾ ਵੀਰਪਾਲ। ਹਾਂ ਮੈਨੂੰ ਪਤਾ ਹੈ। ਹਾਂ ਕੰਮ ਤਾਂ ਬਲਾਈ ਕਰਦੀ ਹੈ। ਦੱਸਦੀਆਂ ਤੈਨੂੰ ਕੰਮ ਭੈਣੇ, ਬਲਾਈ ਵੀ ਦੱਸੂ ਤੈਨੂੰ। ਗੋਹਾ ਸੁੱਟਣ ਸਾਰਾ ਹੀ ਰੂੜੀ ਆਪਦੇ ਚਾਚੇ ਦੀ ਰੂੜੀ ਦੇ ਉੱਤੇ ਗੋਹਾ ਡਿੱਗੀ ਜਾਂਦੀ ਹੈ। ਐਡੀ ਸਿੱਧਰੀ ਹੈ ਕੁੜੇ, ਇੰਨੀ ਤਾਂ ਸੁਣੀ ਸੀ ਵੀ ਭੋਲੀ ਭੰਡਿਆਰੀ ਹੈ। ਭੋਲੀ ਦੀ ਸੁਣ ਲੈ, ਖਾਂਡਾ ਬਥੇਰਾ ਸੋਹਣਾ ਲੈਂਦੀ ਹੈ, ਬਥੇਰਾ ਸੁਰਖੀ ਬਾਰਡਰ ਲਾ ਲੂਗੀ। ਵਿਗੜੀ ਆ ਫਿਰ, ਵਿਗੜੀ ਮਨਾ ਜਾਣ। ਮੇਰੀ ਗੱਲ ਸੁਣ, ਦਾਲ ਧਰ ਦੂੰ, ਕੁੱਕਰ ਸੀਟੀਆਂ ਮਾਰੀ ਜਾਊਗਾ। ਅੱਛਾ ਕੁੜੇ ਕੀ ਧਰਿਆ ਤੀ? ਮਾਸਰੀ ਮੂੰਗੀ ਹੈ, ਇੱਕ ਸੀਟੀ ਨਾਲ ਬਣ ਜਾਂਦੀ। ਉਹ ਤਾਂ ਉਹਦੀ ਘੁਲ ਜਾਂਦੀ। ਕੁੜੇ ਕੀ ਧਰਿਆ ਤੀ? ਕੱਦੂ ਹੈ, ਇੱਕ ਸੀਟੀ ਨਾਲ ਬਣਦਾ ਭੈਣੇ। ਪੰਜ ਪੰਜ ਸੱਤ ਸੱਤ ਸੀਟੀਆਂ ਮਰਵਾ ਕੇ ਫਿਰ ਉੱਤੋਂ ਉੱਤੋਂ ਲਊਗੀ ਲਾਹ ਧੋ ਕੇ ਬੱਠਲ 'ਚ, ਹਰੇਕ ਚੀਜ਼ ਚੱਕੂ ਦਾਣੇ ਵਾਲੇ। ਫਿਰ ਤੂੰ ਇਹਨੂੰ ਐਂ ਕਿਆ ਕਰੇਗਾ ਕਿ ਪੁੱਤ ਇੱਕ ਸੀਟੀ ਵਜੋਂ ਉਹਦੀ ਉਹ ਕਰਦਾ ਕਰ ਬੰਦ। ਨਹੀਂ ਮੈਂ ਮਰ ਜਾਂ, ਕਹਿ ਡੁੱਬੀ ਤਾਂ ਤਾਂ ਜੇ ਸਾਹ ਨਹੀਂ ਆਇਆ। ਆ ਕੇ ਤੂੰ ਕਾਇਦਿਆਂ ਕਰ, ਤੇਰੇ ਭਾਵੇਂ ਹੁਣੇ ਨੂੰ ਮੈਂ ਕਹਿੰਦੀ ਨਹੀਂ ਨਹੀਂ ਬਾਇਰਨ ਨੂੰ ਸੀਟੀਆਂ ਨਹੀਂ ਯਾਦ ਰਹਿੰਦੀਆਂ ਵੀ 4 ਵੱਜ ਗਈਆਂ ਕਿ 5 ਵੱਜ ਗਈਆਂ ਕਿ 1 ਵੱਜ ਗਈ, ਭੁੱਲ ਜਾਂਦੀ ਹੈ। ਲੈ ਸਵੇਰੇ
ਸਾਰਾ ਕੰਮ ਕਰਤਾ ਰਸੋਈ ਚ, ਬਥੇਰਾ ਸੋਹਣਾ ਦੁੱਧ ਬਾਅਦ ਸਾਰਾ ਕੁਛ ਸਾਂਭ ਕੇ, ਫਿਰ ਮੈਨੂੰ ਛੇ ਦਿਨ ਉੱਠਣਾ ਪੈਂਦਾ ਵੀ ਦੇਖਾਂ ਰਸੋਈ ਚ ਦੁੱਧ ਦਾ ਤਾਂ ਨਹੀਂ ਧਰ ਗਈ ਕਿਤੇ ਤੱਤਾ। ਲੈ ਦੱਸ ਐਂ ਕਰਦੀ ਹੈ ਜਾਵੇ ਵਗੀ ਕੁੜੇ ਪੁੱਤ ਕੀ ਕਰਨ ਜਾਂਦੀ ਸੀ? ਕੀ ਕਰਨ ਜਾਂਦੀ ਸੀ ਬੇਬੇ ਮੈਂ ਤਾਂ ਭੁੱਲ ਗਈ। ਅੱਛਾ, ਇੰਨਾ ਭੁੱਲਣਾ ਕੁੜੇ ਗਾਣ ਵਾਹੁੰਦੀ ਸੀ? ਨਾ। ਹੋਰ ਕੁੜੇ ਕੀ ਕਰਦੀ ਸੀ? ਕੱਪੜੇ ਸੁੱਕਣੇ ਲਾਉਂਦੀ ਸੀ? ਨਾ। ਹੋਰ ਚੁੱਲ੍ਹੇ ਚੌਂਕੇ ਚੋਂ ਕੂੜਾ? ਹੋਰ ਆਵੇ ਨਹੀਂ। ਹੋਰ ਕੀ ਤੇਰੇ ਜੰਮਣ ਵਾਲੇ ਦਾ ਕਾਰਜਾ ਕਰਦੀ ਸੀ? ਮਖਾਂ ਫਿਰ ਮਖਾਂ ਗੋਹੇ ਦਾ ਬੱਠਣ ਪਰ ਹਾਂ ਗੋਹੇ ਦਾ ਬੱਠਣ ਲੈ ਐਂ ਦਿਮਾਗ ਖਾਂਦੀ ਹੈ ਭੈਣੇ ਕਾਹਨੂੰ ਪੁੱਛਦੀ ਹੈ? ਮੁੰਡਾ ਤੜਕੇ ਦਾ ਨਿਕਲਿਆ ਹੋਇਆ ਕਿ ਬਾਹਰ ਜਾਂਦੀ ਹੈ, ਨਾ ਕਿਸੇ ਨਾਲ ਗੱਲ ਨਾ ਕਿਸੇ ਨਾਲ ਬਾਤ। ਸਤਿ ਸ਼੍ਰੀ ਅਕਾਲ ਤਾਈ, ਸਤਿ ਸ਼੍ਰੀ ਅਕਾਲ ਚਾਚੀ। ਬਥੇਰਾ ਇੰਨੀ ਤਾਂ ਬਥੇਰੀ ਲਿਆਗਤ ਹੈ, ਬਸ ਭੁੱਲਦੀ ਹੈ। ਆਹ ਰੋਗ ਕਿੱਥੋਂ ਲੱਗ ਗਿਆ ਭੁੱਲਣ ਵਾਲਾ? ਮੈਂ ਤਾਂ ਇਹਨੂੰ ਕੁਛ ਕਹਿ ਵੀ ਨਹੀਂ ਸਕਦੀ। ਕੀ ਕਹੇ ਜਦੋਂ ਕੰਮ ਕਰਦੀ? ਮੈਨੂੰ ਕੰਮ ਨੂੰ ਨਹੀਂ ਕਹਿੰਦੀ ਫੇਰ? ਨਾ ਨਾ ਨਾ, ਜਮਾ ਨਹੀਂ ਕਹਿੰਦੀ। ਭੱਠੀਆਂ ਪੋਥੀ ਬਣਾ ਕਹਿੰਦੀ ਹੈ, ਮੈਂ ਕਹਤਾ ਪਈ ਹੋਊ ਜਾਂ ਕੌਲੀ ਚੜੀ ਹੋਊ। ਅਜੇ ਮੈਂ ਭੈਣੇ ਮੈਂ ਤਾਂ ਜਮਾ ਦਿਮਾਗ ਲੈ ਲਿਆ ਇਸਨੇ, ਹੁਣ ਦੇਖ ਲੈ ਕੋਈ ਦੁੱਧ 'ਚ ਵੀ ਆਪ ਹੱਥ ਮਾਰੂ, ਘਿਓ 'ਚ ਵੀ ਹੱਥ ਆਪ ਮਾਰੂ, ਕਿਉਂ ਮੈਂ ਮਾਰਦੀ ਹਾਂ ਪਾਗਲਾਂ ਵਾਂਗੂ? ਮੈਨੂੰ ਐਂ ਰਹਿੰਦਾ ਵੀ ਹਾਏ ਆਹ ਚੀਜ਼ ਐਂ ਨਾ ਹੋ ਜੇ। ਇਹ ਤਾਂ ਤੂੰ ਛੱਡ ਮੇਰੀਆਂ ਤਾਂ ਭੈਣੇ ਕਿੰਨੀਆਂ ਕੁ ਸੁਣੀ ਜਾਵੇਂਗੀ, ਤੂੰ ਆਪਦੀ ਗੱਲ ਦੱਸ ਮੈਨੂੰ ਕਿਵੇਂ ਆਈ ਸੀ? ਫਿਰ ਤੂੰ ਤਾਂ ਕਹਿੰਦੀ ਮੈਂ ਕਿਤੇ ਲਿਕਣ ਜੋਗ ਨਹੀਂ, ਮੈਂ ਤਾੜੀ ਸਾਰ ਕਹਿੰਦੀ ਸੀ ਚੱਲੀਏ ਆਪਾਂ। ਨਹੀਂ ਭੈਣੇ, ਬਗ ਜ਼ਰੂਰ ਜਾਂਦੀ। ਹਾਂ, ਅਸੀਂ ਤਾਂ ਥੋੜ੍ਹੇ ਦਿਨ ਹੋ ਗਏ ਉਦੇ ਗਾਹਾਂ ਗਏ ਸੀਗੇ ਬਰਨਾਲੇ। ਅੱਛਾ, ਆਉਂਦੇ ਆਉਂਦੇ ਫਿਰ ਮੈਂ ਆਖਿਆ ਚੱਲ ਭਾਈ ਆਪਾਂ ਹੁਣ ਮੱਥਾ ਟੇਕ ਕੇ ਆਉਂਦੇ, ਲੱਛੀ ਹੋਰੀ ਸਾਰੇ ਸੀਗੇ ਨਾਲ। ਹਾਂ, ਮੈਂ ਜਾ ਵੀ ਆਊਂਗੀ, ਫਿਰ ਵੀ ਜਾ ਆਊਂਗੀ, ਇਹੀ ਜੀ ਗੱਲ ਨਹੀਂ ਵੀ ਮੈਂ ਜਾਂਦੀ ਨਹੀਂ, ਪਰ ਮੈਨੂੰ ਤਾਂ ਡੁੱਬੜੀ ਨੂੰ ਆਹ ਰੋਗ ਚੰਦਰਾ ਲੱਗ ਗਿਆ। ਫਿਰ ਉਹ ਅੱਧੇ ਕੀਦੇ ਕੋਲ ਛੱਡ ਕੇ ਗਈ ਇਹਨੂੰ? ਨਾਲ ਲੈ ਗਈ, ਨਾਲ ਸੀ ਮੇਰੇ। ਅੱਛਾ, ਹੁਣ ਇਕੱਲੀ ਤਾਂ ਮੈਨੂੰ ਲੈ ਛੱਡਣ ਯੋਗੀ ਨਹੀਂ ਹੈਗੀ, ਲੈ ਤੂੰ ਐਂ ਸਾਹਬ ਲਾ ਲੈ, ਰੂੜੀ ਦੇਖ ਲੈ ਭੈਣੇ ਜਾ ਕੇ। ਹਾਂ, ਨਾਲੇ ਤਾਂ ਤੂੰ ਅਮਰੀਕ ਕੀ ਦੇਖੀ, ਰੂੜੀ ਕਰਨੀ ਕੀ ਸਮਝ ਗਈ? ਹਾਂ, ਉਹ ਵੀ ਬਹੂ ਗਾ ਸੁੱਟਦੀ ਹੈ, ਸਾਡੇ ਵਾਲੀ ਵੀ ਸੁੱਟਦੀ ਹੈ ਵੀਰਪਾਲ, ਉਹਦੀ ਰੂੜੀ ਤਾਂ ਭੈਣੇ ਨਾਲੇ ਮੁੰਡੇ ਨੇ ਥੋੜ੍ਹਾ ਚਿਰ ਹੀ ਹੋਇਆ ਚੱਕੀ ਨੂੰ, ਐਡਾ ਰੂੜ ਲੱਗ ਗਿਆ। ਲੈ ਜੇ ਵੱਡੀ ਪੌੜੀ ਨੂੰ ਇਹ ਨਹੀਂ ਪਤਾ ਲੱਗਦਾ ਵੀ ਲਵੇ ਆਪ ਜੀ ਰੂੜੀ ਆ ਪਈ ਹੈ? ਪਤਾ ਹੀ ਨਹੀਂ ਲੱਗਦਾ, ਚੱਕਦੀ ਉੱਥੇ ਡੇਗ ਦਿੰਦੇ ਚੱਕਦੀ ਸਾਡੀ, ਤੂੰ ਜਾ ਕੇ ਦੇਖੀ ਭੈਣੇ ਰੂੜੀ। ਨਾਲੇ ਸਾਲ ਹੋ ਗਿਆ ਲੱਛੀ ਨੇ ਜਮਾ ਰੇ ਨਹੀਂ ਪਾਈ ਖੇਤ 'ਚ, ਹੈ ਉਹ ਪਈ ਹੈ ਕੀ ਹੁਣ ਮੈਂ ਮਾਗਰ ਮਾਗਰ ਭੈਣੇ ਗੋਡੇ ਦੁਖਦੇ ਨਾਲ ਕਿੱਥੇ ਕਿੱਥੇ ਵੀ ਨਹੀਂ ਆ ਭੁੱਲਣਾ ਚੇਤਾ, ਤਾਂ ਫਿਰ ਜਵਾਕਾਂ ਦਾ ਵੀ ਨਹੀਂ ਭੈਣੇ, ਬਾਲਾ ਹੀ ਭੁੱਲਦੀ ਹੈ ਤਾਂ ਜੇ ਜਵਾਕਾਂ ਨੂੰ ਵੀ ਦੇਖਿਓ ਵੀ ਕੰਪਿਊਟਰ ਦਿਮਾਗ ਨਹੀਂ ਜਵਾਕਾਂ ਦੇ, ਇਹ ਐਡੀ ਭੋਲੀ ਕਿੱਥੋਂ ਹੈ? ਭੋਲੀ ਵੀ ਨਹੀਂ, ਬਸ ਭੁੱਲਣ ਦੀ ਹੈ ਪਲਾਕੜ, ਬਾਲਗੋ ਹੀ ਜ਼ਿਆਦਾ ਭੁੱਲਦੀ ਹੈ। ਨਹੀਂ ਭੈਣੇ ਮੈਨੂੰ ਕਿਸੇ ਨੇ ਨਹੀਂ ਦੱਸਿਆ ਵੀ ਇੰਨਾ ਭੁੱਲਦੀ ਹੈ, ਮੈਨੂੰ ਤਾਂ ਹੁਣ ਆਪਦੇ ਆਪ ਐਂ ਪਤਾ ਲੱਗਦਾ ਜਿਹੜੀ ਚੀਜ਼ ਧਰ ਦਿੰਦੀ ਆ ਉਹ ਭੁੱਲ ਜਾਂਦੀ ਹੈ, ਜਿਹੜੀ ਚੀਜ਼ ਧਰ ਦਿੰਦੀ ਉਹ ਭੁੱਲ ਜਾਂਦੀ, ਮਾਗਰ ਮਾਗਰ ਫਿਰਦੀ ਰਹਿੰਦੀ ਹੈ। ਦੱਸ ਤੂੰ ਵੀ ਪਾਗਲ ਹੋ ਜਾਏਗੀ, ਛੱਡ ਖੜ, ਹੋਰ ਮੈਂ ਤਾਂ ਜਾਨੀ ਆ। ਨਹੀਂ ਬਸ ਭੈਣੇ ਛੱਡੇ ਹੋਏ, ਮੈਨੂੰ ਤਾਂ ਸੀ ਮੈਂ ਕਿਹਾ ਚੱਲ ਪਰਾਲੇ ਜੇ ਵਾਲੀ ਹੈ ਫਿਰ ਵੀ ਹਿੰਮਤ ਜਾਈ ਮਹਾਰਾਜ ਦਿਨ ਲਿਆਵੇ ਭੈਣੇ ਸੱਚੇ ਪਾਤਸ਼ਾਹ ਜਾਊਂਗੀ ਜ਼ਰੂਰ, ਉੱਥੇ ਜਾ ਕੇ ਤੂੰ ਸੁੱਖਿਆ ਇਹਦਾ ਚੇਤੇ ਸੂਤ ਹੋ ਜਾ ਖਮੇਰ, ਉਹੀ ਗੱਲ ਹੋ ਰਹੀ ਹੈ। ਹਾਂ ਚੰਗਾ, ਬਸ ਫਿਰ ਹੁਣ ਮੈਂ ਇੱਥੋਂ ਦੀ ਵਾਲੀ ਪਕਾਈ ਹੁੰਦੀ, ਮੈਂ ਤਾਂ ਜਾਨੀ ਅਸੀਂ ਹੁੰਦੀ ਹਾਂ ਪੰਜ ਚਾਰ ਜਣੀਆਂ ਤਿਆਰ। ਚੱਲ ਠੀਕ ਹੈ ਭੈਣੇ, ਆਹੋ ਚੰਗਾ ਭੈਣੇ, ਹੋਰ ਕੀ ਦੱਸਾਂ, ਕਿਸੇ ਨੂੰ ਦੱਸਣ ਯੋਗੀ ਵੀ ਨਹੀਂ ਹੈਗੀ, ਇਹਨੂੰ ਕਹਿ ਤਾਂ ਦਿੱਤਾ ਮਨ ਕਰੇ ਦਸ ਜਾਣੀਆਂ ਕੋਲ ਇਹ ਗਾ ਦੇ, ਨਾਲੇ ਐਂ ਡਰ ਲੱਗਦਾ, ਬਸ ਉਈ ਹਰ ਕੀਰਕਾ ਹੀ ਨੇ ਕਹਿਤੀਆਂ ਗੱਲਾਂ, ਮੈਂ ਤਾਂ ਕਦੇ ਦੱਸਿਆ ਹੀ ਨਹੀਂ ਕਿਸੇ ਕੋਲ ਵੀ ਇਹ ਇੰਨਾ ਭੁੱਲਦੀ ਹੈ। ਚੱਲ ਆ ਗਏ ਪੁੱਤ? ਬੇਬੇ ਆ ਗਏ। ਹਾਂ ਅੱਜ ਤਾਂ ਗਰਮੀ ਵੀ ਵਾਲੀ ਹੈ, ਇੱਧਰ ਨੂੰ ਕਰ ਲੈ ਮਾੜਾ ਜਿਹਾ, ਬਸ ਬਸ
ਕਿੱਥੋਂ ਫੀਰੀ ਪੁੱਤ ਚਾਹ, ਮੈਂ ਤਾਂ ਤੁਹਾਨੂੰ ਡਿੱਕੀ ਜਾਂਦੀ ਹਾਂ, ਮੈਂ ਕਿਹਾ ਜਾਓਗੇ ਤਾਂ ਚਾਹ ਬਣਾਉਂਗੇ। ਚੰਗਾ ਮੈਂ ਲੈਣੀ ਆਵਾਂਗਾ। ਆਟਾ ਉਕਸ ਦਿਖਾ ਦੇ ਪਹਿਲਾਂ ਬੇਬੇ ਨੂੰ। ਚਾਹ ਤਾਂ ਪੀ ਲਈਏ ਫਿਰ ਵਿਖਾ ਦਿੰਦੇ। ਦਿਖਾ ਦੇ ਦੌੜ। ਟਾਕਸ ਕਿੱਧਰ ਖਰੀਦਣ ਲੱਗ ਕੇ ਗਏ ਤਾਂ ਤੁਸੀਂ ਆਏ ਤੀ ਵੀ ਨਾਲੇ ਸੌਦਾ ਪੱਤਾ ਲਿਆਵਾਂ, ਨਾਲੇ ਕੱਪੜੇ ਸਮਾ ਲਿਆਵਾਂਗੇ। ਉਹ ਵੀ ਲਿਆਂਦੇ ਫਿਰ ਉਹ ਜਿਹੜਾ ਪਹਿਲਾਂ ਸੁਣਾ ਪਿਆ ਸੀ ਬੇਬੇ, ਉਹ ਪੁਰਾਣੇ ਡਿਜ਼ਾਈਨ ਦੇ ਸੀਗੇ, ਜਿਹਦੇ ਚੱਲ ਨਵੇਂ ਡਿਜ਼ਾਈਨ ਦੇ ਕਰਾ ਲੈਂਦੇ ਹਾਂ। ਅੱਛਾ ਉਹ ਕਰਵਾ ਲਏ? ਹਾਂ ਜਿਹੜਾ ਸੁਨਿਆਰ ਚ ਪਿਆ ਸੀ ਉਹ ਵੀ ਸਾਫ਼ ਕਰਿਆ ਪਹਿਲਾਂ? ਹਾਂ ਉਹ ਕਰਵਾ ਲਿਆ। ਹਾਂ ਦੇਖ ਕਿਉਂ ਨਹੀਂ ਕੱਢਦੀ? ਹੈ ਕਿਉਂ ਨਹੀਂ ਕੱਢ? ਮਾਰੀ ਜਾਂਦੀ ਉਹ ਟਰੰਪ ਜਦੋਂ ਇੰਨਾ ਕੁਛ ਪਿਆ ਰੋਣਾ ਮੈਨੂੰ। ਹਾਏ ਮੈਂ ਤਾਂ ਭੁੱਲੇ ਹੀ। ਐਂ ਕਿਵੇਂ ਭੁੱਲੇ ਆਈ? ਟਾਕਸ ਵੀ ਭੁੱਲਿਆ ਕਰਦੇ ਨੇ। ਉੱਥੋਂ ਚੱਕ ਲਈ ਸੀਗੇ ਸੁਨਿਆਰਾਂ ਤੋਂ, ਚੱਕ ਲਈ ਸੀ ਉੱਥੋਂ। ਹਾਂ ਫੜ ਲਿਆਂਦੇ ਕੱਪੜੇ? ਕੱਪੜੇ ਤਾਂ ਫੜ ਲਿਆਂਦੇ। ਆਹ ਤਾਂ ਵਧੀਆ ਕਰਿਆ। ਨਾ ਨਹੀਂ ਬੇਬੇ ਭੁੱਲੇ ਬੇਬੇ, ਉੱਚੀ ਬੋਲਣ ਲੱਗਾ ਮੈਂ ਭੁੱਲ ਗਈ। ਉੱਚੀ ਬੋਲ ਨੂੰ ਪੁੱਤੀ ਜਗਾਤੀ ਆ ਤੈਨੂੰ, ਐ ਨਹੀਂ ਆਉਂਦਾ। ਉਹਦਾ ਰੱਖ ਲਿਆ ਕਰ। ਹੈ ਸੋਨਾ ਵੀ ਭੁੱਲਿਆ ਕਰਦੇ ਨੇ ਬੇਬੇ, ਤੇ ਕਹਿੰਦਾ ਛੇਤੀ ਕਰ ਛੇਤੀ। ਮੈਂ ਤਾਂ ਭੁੱਲ ਗਈ। ਮੈਨੂੰ ਐ ਦੱਸ ਦੇ ਵੀ ਭੁੱਲੀ ਸੁਨਿਆਰ ਦੇ ਆ ਕਿ ਕਿਤੇ ਹੋਰ ਫੂਕਤੇ? ਪਾਣੀ ਲੈ ਬੇਬੇ ਆਪਾਂ ਚੱਲਦੇ ਆ, ਹੋਰ ਕੀ ਆ। ਮੇਰੇ ਨਹੀਂ ਜਾ। ਪਾਣੀ ਲੈ ਕੇ ਦੇ ਜਾ, ਫੋਨ ਲਾ ਕੇ ਪੁੱਛਦੇ ਆ ਉਹਨੂੰ, ਸੁਨਿਆਰ ਨੂੰ ਫੋਨ ਲਾ। ਫੋਨ ਨਾ ਲਾ, ਹੁਣ ਤੂੰ ਚੁੱਪ ਕਰ ਜਾ। ਚੱਲ ਮੈਂ ਤੇਰੇ ਨਾਲ ਚੱਲਦੀ ਆ, ਫੋਨਾਂ ਤੇ ਗੱਲਾਂ ਹੁੰਦੀਆਂ ਨੇ ਇੰਜਾਂ ਜੀਆਂ। ਠੀਕ ਹੈ, ਦਿਮਾਗ ਇਹਦਾ ਮੈਨੂੰ ਐਵੇਂ ਚੱਕ ਲੈ ਹੁਣਗੇ। ਤੂੰ ਮੇਰੀ ਗੱਲ ਸੁਣ, ਦਿਮਾਗ ਤੇਰਾ ਵੀ ਮੋਟਾ ਹੈ, ਮੈਨੂੰ ਐ ਚੱਕ ਲੈ ਹੁਣਗੇ। ਚੱਕ ਇਹ ਚੱਕੂਗੀ? ਤੈਨੂੰ ਐ ਨਹੀਂ ਪਤਾ ਵੀ ਇਹ ਰੇਕ ਚੀਜ਼ ਭੁੰਦੀ ਐ, ਤੂੰ ਚੱਕ ਜੇਬ ਚ ਪਾਉਂਦਾ ਕਿਉਂ? ਭਾਰਤੀ ਖਿਆਲ ਚ ਨਹੀਂ ਆਇਆ ਨਾ ਤਾਂ ਹੁਣ ਜਾਇਆ ਹੋਣਾ ਫਿਰ ਆਪਾਂ, ਹੋਰ ਕੀ ਆ। ਤੈਨੂੰ ਪੁੱਤੇ ਦਾ ਸਾਰਾ ਟੱਬਰ ਬੋਲਾ ਹੋ ਗਿਆ। ਪਾਣੀ ਬੇਬੇ ਨੂੰ ਲੈ ਦੇ। ਨਾ ਮੈਂ ਕੀ ਫੂਕਣਾ ਪਾਣੀ, ਛੱਡ ਕਿਹੜਾ ਪਾਣੀ ਦੇ ਦੇ ਬੇਬੇ ਨੂੰ। ਕੁੜੇ ਤੈਨੂੰ ਐਨੀ ਸ਼ਰਮ ਆਉਂਦੀ? ਹੋਰ ਚੀਜ਼ਾਂ ਕਿੰਨੀਆਂ ਤਾਂ ਸਰਜਾਂ ਦਾ ਤਾਂ ਸਿਉਨਾ ਤੀ ਜਿਹੜਾ 75,000 ਨੂੰ ਅੱਗ ਲੱਗ ਰਹੀ ਹੈ, ਰੁੜ ਜਾਣਾ ਸੁਨਿਆਰ ਚ ਪਏ ਕਿ ਤੈਨੂੰ ਬੁਰੇ ਲੱਗਦੇ ਤੇ। ਮਾਜਾ ਕਰਾ ਲਈ 8 ਗ੍ਰਾਮ ਦੇ ਸੀਗੇ ਸਾਰੇ ਬੂਬੇ, ਸਾਰੇ 8 ਗ੍ਰਾਮ ਦੇ। ਬੂ ਮੈਂ ਮੱਚ ਗਈ। 8 ਗ੍ਰਾਮ ਕਿੰਨਾ ਹੁੰਦਾ ਲਾ ਕਿਮ ਕਰੀ ਜਾਂਦੇ ਆ? 10 ਗ੍ਰਾਮ ਦਾ ਤੋੜਾ ਹੁੰਦਾ, 8 ਗ੍ਰਾਮ ਥੋੜਾ 75,000 ਨੂੰ ਸੁਨਣਾ ਹੋਰੇ ਹੈ? ਕਿਵੇਂ ਖੜੀ ਆ ਡੁੰਨ ਵੱਟਾ ਬਣੀ ਨਪੁੱਤੀ ਦੀ ਇੱਥੇ, ਤੇਰਾ ਦਿਮਾਗ ਕਿੱਧਰ ਵਾਗਾ ਠਿਕਰਾ? ਬਾਬਾ ਉੱਚੀ ਬੋਲਣ ਲੱਗਾ, ਕਹਿੰਦੇ ਛੇਤੀ ਕਰ ਛੇਤੀ ਕਰ, ਮੈਂ ਤਾਂ ਭੁੱਲ ਗਈ ਡਰਦੀ। ਲੈ ਇਹ ਡਰਨ ਵਾਲੀ ਕਿਹੜੀ ਗੱਲ ਸੀ, ਹੋਰ ਆਹ ਗੱਲਾਂ ਤੋਂ ਤਾਂ ਤੂੰ ਡਰਦੀ ਨੀ ਮੈਥੋਂ, ਤਾਂ ਇਹ ਤਾਂ ਤੂੰ ਡਰਦੀ ਹੈ। ਚੱਲ ਜੇ ਅੱਜ ਤੂੰ ਦੇਖ ਲੈ, ਮੈਂ ਹੁਣ ਸੁਨਿਆਰ ਦੇ ਜਾਂਦੀ ਹਾਂ, ਭੁੱਖੀ ਪਾਣੀ ਹਜੇ ਚਾਹ ਦੀ ਘੁੱਟ ਨਹੀਂ ਪੀਤੀ ਹੈਗੀ, ਜੇ ਮੈਨੂੰ ਨਾ ਥਿਆ ਨਾ ਤੂੰ ਹਿਸਾਬ ਲਾ ਲਈ ਤੇਰੇ ਨਾਲ ਬਣੂਗਾ ਕੀ। ਪਾਣੀ ਪੀ ਜਾ, ਅੱਗ ਲਾ ਦੇ ਇਸਨੂੰ ਪਾਣੀ ਨੂੰ, ਕਾਲੀ ਪਾਣੀ ਦੀ ਕਿ ਮੈਂ ਡੁਸਕਦੀ ਹੈ ਹੁਣ। ਜੇ ਨਾ ਥਿਆ ਨਾ ਅੱਜ ਬਣੂ ਤੇਰੇ ਨਾਲ ਕੀ, ਤੂੰ ਦੇਖਦੀ ਜਾ। ਇੱਥੇ ਇਹਨੇ ਪੁੱਤੀ ਦੀ ਮੋਟੇ ਦਿਮਾਗ ਦੀ ਛਾਪਾ ਲੱਗੀ ਹੈ ਸਾਲੇ ਭਲੱਕੜ ਦੀ। ਬੇ ਹੋਰ ਨੱਥੇ ਸੁਨਿਆਰ ਕਹਿਣ ਤਾਂ ਜਾਣ ਦੇ ਤੇ, ਇਹ ਤਾਂ ਸੁਨਿਆਰ ਵੀ ਨਵਾਂ ਹੈ। ਚੱਲ ਇਹ ਤਾਂ ਟਾਈਮ ਨਾਲ ਦਾਲ ਧਰਤੀ, ਸੰਦੇਹੀ ਕੰਮ ਬਣ ਜੂਗਾ। ਹੋਰ ਪੁੱਛਣ, ਕਦੇ ਕਦੇ ਹਨੇਰਾ ਹੋ ਜਾਂਦਾ, ਇਕੱਲੇ ਬੰਦੇ ਨੂੰ ਆਹਾਰ ਵੀ ਨਹੀਂ ਆਉਂਦਾ ਹੈਗਾ ਜੀ। ਕੋਈ ਕਰੇ ਬੇ, ਆ ਜਾ ਪੁੱਤ, ਕੌਣ ਹੈ ਭਾਈ? ਆ ਜਾ ਆ ਜਾ ਵੀਰਾ, ਕੌਣ ਹੋਇਆ ਕੁੜੀ? ਤੁਹਾਡਾ ਨਾਂ ਪਰਮਜੀਤ ਕੌਰ ਹੀ ਹੈ ਜੀ? ਹਾਂ ਬੇਟਾ। ਅੱਛਾ ਜੀ, ਮੈਂ ਤਾਂ ਬੈਂਕ 'ਚੋਂ ਆਇਆ ਸੀ। ਬੈਂਕ 'ਚੋਂ? ਹਾਂਜੀ। ਆ ਪਹਿਲਾਂ ਤਾਂ ਪੁੱਤ ਕੁਰਸੀ ਚੱਕ, ਇੱਥੇ ਆ ਬੇਬੇ, ਕੁਰਸੀ ਤਾਂ ਕਰ ਲੈਣਾ। ਮੈਂ ਲਿਆਉਣੀ ਤਾਂ ਨਹੀਂ ਪਾਣੀ? ਨਾ ਨਾ ਬੇਬੇ, ਕਾਸੇ ਦੀ ਲੋੜ ਨਹੀਂ। ਫਿਰ ਚਾਹ ਬਣਾਉਣੀ? ਕੁੱਟ ਪਹਿਲਾਂ ਮੈਨੂੰ ਐਂ ਦੱਸ। ਨਾ ਨਾ ਚੱਲ, ਮੈਂ ਪਾਣੀ ਵੀ ਤਾਂ ਨਹੀਂ ਫੇਰ ਲਿਆਉਂ। ਕਿਹੜੀ ਬੈਂਕ 'ਚੋਂ ਆਏ ਪੁੱਤ? ਬੇਬੇ ਜੀ ਚੱਕ ਕੇ ਲਾਉਣ, ਬੈਂਕਾਂ ਤੋਂ ਹੁਣ ਤੁਸੀਂ ਮੁੜ ਕੇ ਬੈਂਕਾਂ ਭੁੱਲ ਜਾਂਦੇ ਹੋ। ਅੱਛਾ ਪੁੱਤ, ਜਿਹੜਾ ਉਹ ਘਰ ਲਾਉਣ ਹੈ? ਹਾਂਜੀ ਹਾਂ, ਘਰ 'ਤੇ ਚੱਕਿਆ ਤੁਸੀਂ 4 ਲੱਖ ਰੁਪਇਆ ਲਾਉਣ? ਹਾਂ ਪੁੱਤ ਚੱਕਿਆ ਸੀ। ਹਾਂਜੀ ਹਾਂਜੀ। ਬੇ ਪੁੱਤ ਕੀ ਕਰਾਂ ਮੈਂ ਤੈਨੂੰ ਦੱਸਦੀ, ਮੇਰੀ ਮਜਬੂਰੀ ਸੁਣ ਲੈ ਗੱਲ। ਵੀ ਪਹਿਲਾਂ ਤਾਂ ਉਹ ਬੱਚੇ ਮੈਨੂੰ ਭੇਜਦੇ ਹੁੰਦੇ, ਉਹ ਫਿਰ ਉਹੀ ਗੱਲ ਹਜੇ ਜਿੰਨਾ ਚਿਰ ਪੱਕੇ ਜੇ ਨਹੀਂ ਹੁੰਦੇ ਉਨਾ ਚਿਰ ਤਾਂ ਹੀ ਉਹਨਾਂ ਦਾ ਵਿਚਾਰਿਆਂ ਧੂਕੜੀ ਸਾਈ ਗੱਲ। ਐਤਕੀ ਸੰਗਾਂ ਮੈਨੂੰ ਪਾਉਣੇ ਪਏ, ਨਹੀਂ ਮੈਂ ਕਿਸ ਧੂਕਦੀ ਨਹੀਂ ਸੀ ਪੁੱਤ ਭਰਦੀ।
ਨਹੀਂ ਬੇਬੇ ਜੀ, 50,000 ਰੁਪਈਆ ਦੇਖੋ। ਅੱਛਾ, ਉਹ ਤੁਹਾਨੂੰ ਹੁਣ ਇਕੱਠੇ ਹੀ ਭਰਨਾ ਪਊ। ਪਹਿਲਾਂ ਤੁਸੀਂ 2 ਕਿਸ਼ਤਾਂ ਟਪਾ ਦੀਆਂ, ਨਹੀਂ ਬੈਂਕ ਵੱਡੀ ਕਾਰਵਾਈ ਕਰੂ ਫਿਰ ਤੁਹਾਡੇ 'ਤੇ। ਚੱਲ ਭਾਈ, 3 ਕੋਈ ਹਫ਼ਤੇ ਦਾ ਕਰ ਸਕਦੇ ਹੋ? ਹਫ਼ਤੇ ਦਾ ਤਾਂ ਨਹੀਂ ਬੇਬੇ, ਤੁਹਾਨੂੰ ਕੱਲ੍ਹ ਨੂੰ ਭਰਨਾ ਪਊਗਾ ਲੋਨ। ਪੁੱਤਾਂ ਇਹ ਨਾ ਕਰ, ਮੇਰੀ ਗੱਲ ਸੁਣ, ਮੇਰੇ ਸ਼ੇਰ ਬਣ ਕੇ ਤੂੰ ਨਾਂ ਵਾਲਾ 4 ਕੁ ਦਿਨ ਤਾਂ ਮੰਗੇ ਦੇ। ਨਹੀਂ ਨਹੀਂ ਬੇਬੇ ਜੀ, ਇਹ ਸਾਡੇ ਇਹ ਕਿਹੜਾ ਸਾਡੇ ਹੱਥ 'ਚ ਹੁੰਦਾ ਹੈ? ਇਹ ਤਾਂ ਸਾਰੇ ਬੈਂਕਾਂ ਦਾ ਕਾਗਜ਼ ਪੱਤਰੀ ਕੰਮ ਹੈਗਾ। ਨਹੀਂ ਹੁੰਦਾ ਤਾਂ ਉਹਨਾਂ ਨਹੀਂ ਕਰਨਾ ਸਾਰਾ। ਤੂੰ ਜਾ ਕੇ ਕਹਿ ਦੇ ਵੀ ਬੁੜੀ ਭਾਈ ਡਿੱਕਾ ਲੱਗ ਗਿਆ ਰਿਸ਼ਤੇਦਾਰੀ 'ਚ। ਅਸੀਂ ਤਾਂ ਜੀ ਕਹਿ ਨਹੀਂ ਸਕਦੇ, ਜੇ ਕੋਈ ਮਗਰੋਂ ਆ ਕੇ ਮੇਰੀ ਨੌਕਰੀ ਜਾਊਗੀ, ਮੈਂ ਵੀ ਢਿੱਡ ਤੋੜਨਾ ਆਪਦਾ। ਐਂ ਅਸੀਂ ਝੂਠ ਥੋੜ੍ਹੀ ਬੋਲ ਸਕਦੇ ਹਾਂ। ਪੁੱਤ ਔਖਾ ਹੀ ਹੋ ਗਿਆ, ਹੁਣ ਐਡੀ ਛੇਤੀ ਤਾਂ ਤਲਵਾਰ 'ਤੇ ਮੁੱਕੀ ਵੱਜਦੀ ਨਹੀਂ। ਨਹੀਂ ਬੇਬੇ ਜੀ, ਉਹ ਤਾਂ ਤੁਸੀਂ ਦੇਖੋ, ਉਹ ਜਾਂ ਫਿਰ ਆਪਾਂ ਲੋਨ ਲੈਣ ਵੇਲੇ ਦੇਖੀਏ, ਹੈ ਨਾ, ਵੀ ਆਪਾਂ ਕਿੰਨਾ ਕੁ ਭਰ ਸਕਦੇ ਹਾਂ, ਕਿੰਨਾ ਕੁ ਚੱਕਿਆ ਚੱਕ ਸਕਦੇ ਹਾਂ। ਜਾਣੇ ਪੁੱਤ ਥੋੜ੍ਹਾ ਜਿਹਾ ਡਿਫਾਲਟ ਹੁੰਦੇ ਆ, ਊਂ ਕਾਹਨੂੰ ਸੀ ਕੋਈ ਗੱਲ। ਮਾਤਾ ਜੀ, ਤੁਸੀਂ ਬਜ਼ੁਰਗ ਔਰਤੋਂ, ਮੈਂ ਤੁਹਾਨੂੰ ਕੱਲ੍ਹ ਦੀ ਬਜਾਏ 1 ਦਿਨ ਦਾ ਹੋਰ ਟਾਈਮ ਦਵਾ ਦਿੰਦਾ ਬੈਂਕ ਤੋਂ, ਕੋਈ ਗੱਲ ਨਹੀਂ। ਇੰਨੀ ਕੁ ਸਾਡੀ, ਚਲੋ ਇੰਨਾ ਕੁ ਚੱਲ ਜਾਂਦਾ ਹੁੰਦਾ, ਜ਼ਿਆਦਾ ਨਹੀਂ ਚੱਲਦਾ ਹੁੰਦਾ। ਠੀਕ ਹੈ ਬੇਟਾ, ਅਤੇ ਬਸ ਰਿਕੁਐਸਟ ਹੀ ਹੈ ਵੀ ਕੱਲ੍ਹ ਦੀ ਬਜਾਏ ਪਰਸੋਂ ਤੱਕ ਤੁਸੀਂ ਲੋਨ ਜੇ ਭਰ ਸਕਦੇ ਹੋ ਭਰ ਦਿਓ, ਨਹੀਂ ਸਾਡੇ ਵੀ ਹੱਥ ਬੰਨੇ ਹੋਏ ਨਹੀਂ, ਸਾਨੂੰ ਫਿਰ ਕਾਰਵਾਈ ਕਰਨੀ ਪੈ ਜੂ। ਕੋਈ ਨਹੀਂ ਪੁੱਤ, ਫਿਰ ਅੱਜ ਮੈਂ ਕਰਦੀ ਹਾਂ ਕਿਸੇ ਕੋਲ, ਅੱਜ ਤਾਂ ਸਵੇਰ 'ਚ ਹੀਲਾ। ਹਾਂਜੀ ਹਾਂ ਬੇਬੇ ਜੀ, ਹਾਂ ਤੁਹਾਨੂੰ ਮੈਂ ਹੀ ਕਹਿਣਾ ਜੀ। ਪੁੱਤ ਮੈਂ ਚਾਹ ਦੇ ਘੁੱਟ ਬਣਾ। ਨਾ ਨਾ ਬਸ ਜੀ, ਫਿਰ ਪਾਣੀ ਤਾਂ ਲਿਆਵਾਂ ਘੁੱਟ? ਨਾ ਨਾ ਜੀ, ਤੁਸੀਂ ਬਸ ਆਹ ਆਪਦਾ ਕਾਲ ਪਕਾ ਦਿਓ, ਇੱਕ ਵਾਰੀ ਭਰ ਦਿਓ ਲੋਨ ਪਰਸੋਂ ਤੱਕ, 50,000 ਰੁਪਏ ਦਾ ਹੱਲ ਕਰ ਲਓ ਔਖੇ ਸਖਾਲੇ। ਕੀ ਕਰਨਾ ਪੁੱਤ? ਹਾਂਜੀ ਹਾਂਜੀ, ਠੀਕ ਹੈ ਬੇਟਾ, ਕੋਈ ਨਹੀਂ, ਠੀਕ ਹੈ ਜੀ। ਭੱਗ ਗਿਆ ਉਹ ਤਾਂ ਵਿਚਾਰਾ, ਨਹੀਂ ਮੈਂ ਮਰ ਜਾ ਤਾਂ ਹੋਰ ਹੀ ਕੁਛ ਦੱਸ ਗਿਆ ਵੀ ਕਾਰਵਾਈ ਹੋਊ ਕਰਤੇ। ਹੁਣ ਕੀ ਤੋਂ ਲਿਆਵਾਂ, ਸਾਰਿਆਂ ਤੋਂ ਲੈ ਕੇ ਪਹਿਲਾਂ ਜਵਾਕ ਤੋਰੇ ਦੁਬਾਰੇ ਫੇਰ ਭੇਜੇ, ਹੁਣ ਦਲਜੀਤ ਕੋਲੇ ਜਾਂਦੀ ਹੂੰ ਤਾਂ ਉਹ ਢਿੱਡ ਜਿਹਾ ਰਲਾਉਂਦੀ ਨਹੀਂ। ਚੱਲ ਪੁੱਛ ਲੈਂਦੀ ਹਾਂ ਜੇ ਹਾਂ ਕਰ ਲੂਗੀ, ਉਹਦੇ ਨਾਲ ਮੇਰੀ ਬਣਦੀ ਘੱਟ ਹੈ, ਇੱਕ ਕਿਹੜਾ ਇੱਕ ਭਾਜੀ ਹੈ। ਇਹ ਤਾਂ ਡਰ ਲੱਗਦਾ, ਜਾਣੀ ਪੁੱਛਣ ਨੂੰ ਵੀ ਨਹੀਂ ਜੀ ਕਰਦਾ, ਐਂ ਨਹੀਂ ਪਤਾ ਤਾਂ ਜਵਾਬ ਦੇਣ ਗਿੱਜੀ ਹੋਈ ਹੈ ਹਰੇਕ ਚੀਜ਼ ਨੂੰ ਜਵਾਬ। ਦੇਖਾਂ ਭਲਾ ਜੇ ਮਿਲ ਜੇ ਘਰੇ। ਹੁਣ ਪੁੱਤ ਕੀ ਕਰਦੀ ਹੈ? ਤਰਪਾਈ ਕਰਦੀ ਤੀ ਚਾਚੀ ਕੁੜਤੀ। ਅੱਛਾ, ਹੋਰ ਮਾਤਾ ਨਹੀਂ ਦਿੰਦੀ? ਸਤਿ ਸ਼੍ਰੀ ਅਕਾਲ ਪੁੱਤ, ਤੇਰੀ ਮਾਤਾ ਨਹੀਂ ਦਿੰਦੀ ਅੱਜ? ਪਤਾ ਨਹੀਂ ਕਿੱਧਰ ਗਈ ਹੈ, ਦੱਸ ਕੇ ਨਹੀਂ ਗਈ। ਦੱਸ ਕੇ ਨਾ ਗਈ? ਦੱਸ ਕੇ ਤਾਂ ਗਈ ਸੀ, ਭੁੱਲ ਗਈ। ਅੱਛਾ, ਤੇ ਉਹ ਲੱਛੀ? ਲੱਛੀ ਬੈਠੀ ਹੋਊਗਾ, ਉਹ ਵੀ ਦੱਸ ਕੇ ਗਿਆ? ਦੱਸਿਆ ਤਾਂ ਸੀਗਾ, ਮੈਂ ਹੀ ਭੁੱਲ ਗਈ। ਭੁੱਲ ਗਈ, ਦੱਸ ਕੇ ਭੁੱਲ ਜਾਂਦੀ, ਕੋਈ ਗੱਲ ਨਹੀਂ, ਚੇਤੇ ਨੇ ਡੋਡੀ, ਹੈ ਨਾ। ਹੋਰ? ਹਾਂ, ਤੇ ਅੱਛਾ ਲੀੜੇ ਤਾਂ ਹੀ ਸਿਉਂਦੇ ਨੇ ਆਪ? ਹਾਂ, ਮੈਂ ਹੀ ਬਣਾਇਆ ਸੀਗਾ। ਲੈ ਵਧੀਆ ਸੂਟ ਸਿਉਂ ਲੈਂਦੀ ਹੈ ਕੋਲੇ। ਹੋਰ ਪਾਣੀ ਲਿਆਵਾਂ? ਚੱਲ ਪਾਣੀ ਤਾਂ ਘੁੱਟ ਲਿਆ ਦਿੱਤੀ ਹੈ। ਅੱਛਾ, ਕਿਵੇਂ ਆਈ ਸੀ? ਪੁੱਤ ਮੈਂ ਤਾਂ ਇੱਕ ਕੰਮ ਆਈ ਸੀ, ਕੰਮ ਸੀ ਤੇਰੀ ਬੇਬੇ ਦੇ ਦੱਸਣ ਵਾਲਾ, ਉਹ ਕਬੀਲਦਾਰੀ 'ਚ ਮੂਹਰੇ ਆ, ਧੀਏ ਉਸੇ ਨੂੰ ਦੱਸੂੰਗੀ। ਚਾਚੀ ਮੈਨੂੰ ਦੱਸ ਦੇ, ਕੀ ਹੈ ਮੇਰੇ ਕਰਨ ਵਾਲਾ ਹੁੰਦਾ ਕੰਮ? ਤੇਰੇ ਕਰਨਾ ਤਾਂ ਹੈ ਨਹੀਂ ਪੁੱਤ, ਕਬੀਲਦਾਰ ਦੀ ਜ਼ਿੰਮੇਵਾਰੀ ਤਾਂ ਇਹਨਾਂ ਕੋਲੇ ਆ, ਮਾਂ ਪੁੱਤਾਂ ਕੋਲੇ, ਇਹ ਦੋਨਾਂ 'ਚੋਂ ਕੋਈ ਹੁੰਦਾ ਇਹਨਾਂ ਕੋਲੇ ਮੈਂ ਗੱਲ ਕਰ ਲੈਂਦੀ। ਚੰਗਾ, ਮੈਂ ਪਾਣੀ ਲੈਣੀ। ਚੱਲ ਲਿਆ, ਕੋਈ ਨਹੀਂ, ਇਹਨੂੰ ਨਾ ਕਹਿ ਕੇ ਦੇਖ ਲੈਣ ਲਵੀ। ਕਈ ਵਾਰੀ ਹੁਣ ਖਰਚੀ ਨੇ ਪੈਸੇ ਪੈਸੇ, ਉਹ ਕਿਹੜਾ ਪੱਲੇ ਨਾਲ ਨਹੀਂ ਫਿਰਦੀ ਹੈ, ਪੈਸੇ ਤਾਂ ਘਰ ਹੀ ਹੋਣਗੇ, ਸਾਰਾ ਪਤੀ ਹੈ, ਕਿਹੜਾ ਬੜਾ ਵੱਡਾ ਪਰਿਵਾਰ ਹੈ ਇਹ, 3 ਟੋਟਰੂ ਨੇ, ਇਹਨੂੰ ਪੁੱਛਦੀ ਆ ਜਾਣ ਦੇ। ਨਾਲ ਇਹ ਪੁੱਛਦੇ ਨੇ ਵੀ ਤਾਈ ਮੈਨੂੰ ਦੱਸ ਦੇ ਕੀ ਕੰਮ ਹੈ, ਹੁਣ ਮੈਂ ਕਦੋਂ ਲੈਤੀ ਹੈ, ਤੈਨੂੰ ਦੱਸ ਦਿੰਦੀ ਹਾਂ ਕੰਮ। ਆ ਜਾ ਪੁੱਤ, ਲੈ ਚਾਚੀ ਪਾਣੀ। ਲਿਆ ਪੁੱਤ, ਮੂੰਹ ਲਾ ਲਾ। ਮੈਨੂੰ ਤਾਂ ਸਵਾਈ ਹੈ ਪੁੱਤ ਉਹ ਕਲਾ ਪੀਣ ਦਾ। ਅੱਛਾ, ਹਾਂ, ਹੁਣ ਤੇਰੀ ਬੇਬੇ ਕਦੋਂ ਖਾਊਗੀ ਇਹ ਨਹੀਂ ਪਤਾ ਹੈ। ਚਾਚੀ ਪਤਾ ਨਹੀਂ ਕਦੋਂ ਖਾਊਗੀ, ਹੈ ਨਾ। ਅੱਛਾ, ਲੈ ਤੂੰ ਪੁੱਛਦੀ ਸੀ ਮੈਨੂੰ ਕੰਮ ਦੱਸ ਦੇ, ਤੈਨੂੰ ਦੱਸ ਦਿਆਂ? ਦੱਸ ਦੇ ਕੀ ਕੰਮ ਕਰਨ ਵਾਲਾ ਹੋਇਆ, ਕਰ ਦੂੰਗੀ। ਤੂੰ ਐਂ ਕਰ,
ਮੈਨੂੰ ਪੈਸੇ ਦੇ 50,000 ਰੁਪਈਆ। ਇੰਨੇ ਹੋਰ ਤੇਰੇ ਬੇਬੇ ਨੂੰ ਤੂੰ ਦੱਸ ਦੇਈਂ ਵੀ ਚਾਚੀ ਲੈ ਗਈ। ਅੱਛਾ ਚੱਲ ਚੰਗਾ, ਫਿਰ ਮੈਂ ਲੱਛੀ ਨੂੰ ਪੁੱਛਦਿਆਂ ਫੋਨ ਲਾ ਕੇ ਪੁੱਛ ਲੈ, ਕੋਈ ਡਰ ਨਹੀਂ, ਪੁੱਛ ਲੈ, ਪੁੱਛਣ ਦਾ ਹੱਕ ਬਣਦਾ ਪੁੱਤ। ਲੈ ਲੱਛੀ ਨੂੰ ਕੀ ਫੋਨ ਲਾਉਣਾ, ਮੇਰਾ ਕੀ ਘਰ 'ਚ ਹਿੱਸਾ ਨਹੀਂ ਹੈਗਾ, ਮੈਂ ਵੀ ਬਰਾਬਰ ਦੀ ਹੱਕਦਾਰ ਹੈ। ਐਂ ਕਰਦੀ ਹਾਂ, 50,000 ਰੁਪਇਆ ਦੇ ਦਿੰਦੇ, 2 ਰੁਪਏ ਸੈਂਕੜੇ 'ਤੇ ਦੇ ਦੂੰਗੀ, ਫਿਰ ਤਾਂ ਮੈਨੂੰ ਬਾਹਲੀ ਸਿਆਣੀ ਕਹਿਣਗੇ, ਉਹੀ ਮੈਨੂੰ ਭੁਲੱਕੜ ਭੁਲੱਕੜ ਕਰੀ ਜਾਂਦੇ ਆ, ਉਹ ਬਾਉਲੀ ਤੋਂ ਬਿਨਾਂ ਨਹੀਂ ਬੋਲਦਾ। ਕੋਈ ਨਾ, ਫਿਰ ਤਾਂ ਮੈਨੂੰ ਬਾਹਲੀ ਸਿਆਣੀ ਕਹਿਣਗੇ, ਦੇ ਦਿੰਦੀ ਹਾਂ। ਚਾਚੀ ਮੇਰੀ ਗੱਲ ਸੁਣ, ਮੈਂ ਤਾਂ ਲੱਛੀ ਨੂੰ ਵੀ ਨਹੀਂ ਫੋਨ ਲਾਇਆ। ਅੱਛਾ, ਤੈਨੂੰ ਮੈਂ 50,000 ਆਪ ਹੀ ਦਿੰਨੀ ਆ ਤੇ 2 ਰੁਪਏ ਵਿਆਜ ਲੱਗੂਗਾ, 2 ਰੁਪਏ ਸੈਂਕੜਾ। ਹੁਣ ਜਮੇ ਕਮਾਲ ਕਰਤੀ ਤੀਏ, ਤਾਂ ਉਹ ਕੰਮ ਕਰਤਾ ਮਾਂ ਨੂੰ, ਧੀ ਸਿਆਣੀ ਰਿੱਝੇ ਪੱਕੇ ਪਾਵੇ ਪਾਣੀ। ਲੈ ਚਾਚੀ, ਨਾਲ ਤਾਂ ਤੇਰਾ ਡੰਗ ਸਾਰਦੀ ਆ। 10 ਦਿਨਾਂ ਦੀ ਖਾਤਰ ਤਾਂ ਦੇਖ, ਸੁਣ ਮੇਰੀ ਗੱਲ, ਮੈਂ ਪੈਸੇ ਲੈ ਜਾਣੇ ਨੇ ਵੀ ਆਪਾਂ ਹੱਥਦਾਰ ਉਧਰ ਉਧਰ ਹੀ ਫੜ ਲੈਣੇ ਨੇ। ਆ ਕੀ ਹੋਇਆ ਕੁੜ, 10 ਦਿਨਾਂ ਦਾ ਵਿਆਜ ਦੇ ਦੀ ਕੁੜ, ਜਮੀ ਲੋੜ ਆ ਜਿਹੜਾ ਬਣੂਗਾ। ਤੂੰ ਤਾਂ ਬਾਗ ਵੀ ਰਕਾਨ ਹੋ ਗਈ ਹੈ, ਤੂੰ ਮੇਰੇ ਘਰ ਆਪਦੇ ਘਰ ਨੂੰ ਕੌਣ ਕਾਮਲਾ ਹੁੰਦਾ। ਮੇਰੀ ਗੱਲ ਸੁਣ, ਮੈਨੂੰ ਹੋਰ ਕੋਈ ਗੱਲ ਨਹੀਂ, ਚੱਲ ਜਿਵੇਂ ਤੈਨੂੰ ਕਹੀ ਨਹੀਂ ਹੈ ਵੀ ਮੈਂ ਤਾਂ ਵਿਆਜ ਲਊ, ਚੱਲ ਜੇ ਤੈਨੂੰ ਇੰਨਾ ਲਾਲਚ ਤੀਏ ਮੈਂ ਤਾਂ ਵਿਆਜ ਵੀ ਦੇ ਦੂੰ, ਪਰ ਅੱਜ ਮੇਰਾ ਡੰਗ ਸਰਦਾ ਰੁਪਈਆ ਸੈਂਕੜਾ ਜੋੜਾ, ਦੋ ਕਾ ਨਹੀਂ ਉਈ ਮੇਰੇ ਤਾਂ ਜਮੀਨ। ਨਾ ਚਾਚੀ, ਨਾ ਤੇਰੀ ਨਾ ਮੇਰੀ, ਤੇਰੇ ਮਗਰੀ ਸਿਰ 1.5 ਰੁਪਈਆ ਲੈ ਜੀ, 1.5 ਰੁਪਈਏ ਤੇ ਕੁੜੇ ਲੋੜ ਹੀ ਆ ਗਿਆ ਨਾ ਭਾਈ, ਮੈਂ ਤਾਂ ਰੁਪਈਆ ਦੇਊਂ, ਦੇਖ ਮੈਂ ਤਾਂ ਹੁਣ ਗੱਲ ਕਰਕੇ ਫੇਰ ਨਹੀਂ, ਫਿਰ ਤਾਂ ਮੰਦਰ ਦਾ ਰਹਿਣੀ ਆ। ਨਹੀਂ ਲਿਆ ਪੁੱਤ, ਕੋਈ ਗੱਲ ਨਹੀਂ, ਡੂੜੀ ਦੇ ਤੂੰ ਲਫਾੜ, ਜਿਹੜਾ ਮੇਰਾ ਅੱਜ ਡੰਗ ਸਰਦਾ। ਹਾਂ, 1.5 ਰੁਪਈਆ ਯਾਦ ਰੱਖੀ, ਭੁੱਲੀ ਨਾ। ਕੋਈ ਨਹੀਂ ਕੋਈ ਨਹੀਂ, ਲੈ ਦੱਸ ਐ ਮੈਂ ਕਿਉਂ ਭੁੱਲੂੰਗੀ। ਛਾਵਾ ਛੇਤੀ ਹੈ, ਹੁਣ ਤਾਂ ਬੇਬੇ ਅਤੇ ਲੱਛੀ ਮੈਨੂੰ ਬਾਹਲੀ ਸਿਆਣੀ ਕਹਿਣਗੇ, ਉਹਦੇ 1.5 ਰੁਪਏ ਨੂੰ ਵਿਆਜ ਨੂੰ 10 ਦਿਨਾਂ ਦਾ ਕਿੰਨਾ ਵਿਆਜ ਬਣ ਜੂਗਾ, ਜਦੋਂ ਵਿਆਜ ਦੇ ਕੇ ਗਈ ਨਾ ਉਹਦੀ ਫੜਾਊਂ ਬੇਬੇ, ਮੈਂ ਇੰਨੇ ਪੈਸੇ ਕਮਾ ਲਏ ਘਰ ਬੈਠੇ ਨੇ। ਚਲੋ ਤਰਪਾਈ ਕਰਾਂ, ਕਹੂਗੀ ਮੇਰੀ ਨੂੰ ਭੁੱਲਦੀ ਹੈ, ਮੇਰੀ ਨੂੰ ਕਾਮੜੀ ਆ, ਜਦੋਂ ਬੋਲੋ ਤਾਂ ਬਾਉਲੀ ਆ, ਮੈਂ ਤਾਂ ਸੱਤਾਂ ਪੱਤਣਾਂ ਦੀ ਤਾਰੂ ਆ। ਦੇਖ ਲਾ, 2 ਰੁਪਈਏ ਵਿਆਜ, ਕਿੱਡੀ ਛਿਆਰ ਹੈ, ਬਾਲੀ ਅਸਤਰ ਹੈ, ਊਂ ਆਪ ਹੀ ਤੇਜ ਹੈ। ਹਾਂ ਦੇਖ ਲਾ, ਨੂੰ ਨੂੰ ਲਾਲ ਚੋਦੂ ਹੈ, ਆਪਦਾ ਚੇਲਾ ਮੁੰਨ ਲਈ ਤਾਂ, ਬੜੀ ਛਿਆਰ ਹੈ ਭੈਣੇ ਬਹੂ ਤਾਈ ਦੇ ਨਾ ਵੀ, ਇਹ ਕਹਿੰਦੀ ਮੇਰੀ ਨੂੰ ਬਹੂ ਹੀ ਹੈ, ਬਾਲੀ ਕਿਹਨੇ ਮਨਾਈਏ। ਚੱਲ ਮੇਰਾ ਡੰਗ ਸਰ ਗਿਆ, ਚੱਲ ਇੱਕ ਵਾਰ ਲਿਖ ਤਾਂ ਦੇਵਾਂ ਵੀ ਚਾਚੀ ਨੂੰ ਪੈਸੇ ਦਿੱਤੇ ਸੀ ਕਾਪੀ 'ਤੇ, 50,000 ਰੁਪਏ ਚਾਚੀ ਨੂੰ, 1.5 ਰੁਪਏ ਸੈਂਕੜੇ 'ਤੇ ਦਿੱਤਾ, ਤਰੀਕ 31 ਤਰੀਕ 8ਵਾਂ ਮਹੀਨਾ 2024 ਨੂੰ। ਚੱਲ ਲਿਖਤਾ ਵੀ ਚਾਚੀ ਨੂੰ ਦਿੱਤੇ ਨੇ, ਹੁਣ ਤਾਂ ਕਹਿਣਗੇ ਬਾਹਲਾ ਸੈਂਪ ਦਾ ਕੰਮ ਕਰਿਆ ਤਾਂ ਬਾਹਲੀ ਸਿਆਣੀ ਹੋ ਗਈ, ਹੋਰ ਲੈ ਫਿਰ ਸਾਨੂੰ ਕਿਹੜਾ ਕੰਮ ਕਰਾਂ। ਬੇਬੇ ਤੁਸੀਂ ਕਿੱਥੇ ਗਏ ਸੀ, ਤੈਨੂੰ ਪਤਾ ਹੀ ਨੀ ਵੀ ਕਿੱਥੇ ਗਏ ਤੇ, ਕਿੱਧਰ ਗਏ ਸੀ ਮੈਨੂੰ ਕੁੜੇ ਦੱਸ ਕੇ ਗਏ ਤੁਸੀਂ, ਤੈਨੂੰ ਪਤਾ ਨੀ ਸੁਨਿਆਰ ਦੇ ਗਏ ਤੇ। ਸੁਨਿਆਰ ਦੇ ਕੀ ਲੈਣ ਵਗੀ,
ਇਹਦੇ ਤਾਂ ਹਜੇ ਵੀ ਯਾਦ ਨਹੀਂ। ਉਹ ਪੈਪ ਤੇ ਡਿੱਗ ਗਿਆ ਪੁੱਤ। ਹਜੇ ਤੈਨੂੰ ਪਤਾ ਨੀ ਸੁਨਾਰ ਦੇ ਕੀ ਲੈਣ ਗਏ ਤੇ? ਆਪਦੀਆਂ ਬਾਲੀਆਂ ਲੈਣ ਗਏ ਸੀ। ਦੇਖ ਲਾ ਜੇ ਟਾਪਸ ਨਾ ਮਿਲਦੇ ਨਾ ਤੈਨੂੰ ਫੇਰ ਪੁੱਛਦੇ ਸੀ ਆ ਕੇ। ਅੱਛਾ ਟਾਪਸ, ਮੈਂ ਤਾਂ ਅੱਜੇ ਭੁੱਲੀ ਆ। ਅੱਗੇ ਕਾਹਨੂੰ ਕਦੇ ਕੁਛ ਭੁੱਲੀ ਆ, ਤੂੰ ਭੁੱਲੀ ਕੀ ਨੀ? ਲੈ ਵੇਖਾਂ ਉਹੀ ਨੇ ਬੇਬੇ। ਆਹੋ ਦੇਖਿਆ ਵੇ, ਹੁਣ ਤਾਂ ਮੈਂ ਪਾਉਣ ਨੂੰ ਵੀ ਨੀ ਦਿੰਦੀ। ਆਹ ਕਾਹਤੋਂ ਕਰਦੀ ਆ ਬੇਬੇ? ਦੇ ਦੇ। ਆਹ ਕਾਹਤੋਂ ਕਰਦੀ ਆ ਬੇਬੇ? ਦੇ ਦੇ ਇਹਨਾਂ ਨੂੰ, ਫੇਰ ਧਰ ਕੇ ਭੁੱਲੇਗੀ। ਆ ਫੜ ਲਈ ਆ, ਮੈਨੂੰ ਦੇ ਦੀ ਪਾਉਣ ਨੂੰ। ਆਹੋ ਦੇ ਦੀ। ਜਦੋਂ ਕਿਤੇ ਵਿਆਹ ਸ਼ਦੀ ਜਾਵਾਂ ਉਦੋਂ ਪਾ ਲਈ, ਘਰੇ ਪਾਉਣੇ ਆ। ਇਹ ਤਾਂ ਤੋੜੇ ਦੇ ਨੇ, 8 ਗ੍ਰਾਮ ਦੇ ਨੇ, ਤੈਂ ਇੱਥੇ ਪਾ ਕੇ ਕੀ ਕਰਨਾ ਹੈ? ਘਰੇ ਮੇਰੇ ਨਵਾਰੀ ਚ ਧਰ ਕੇ ਆਵੇ। ਹੋਰ ਹੀ ਕੀ ਬਣ ਗਿਆ ਸੀ ਅੱਜ? ਹੋਰ ਉਹ ਤਾਂ ਵਿਚਾਰਾ ਸੁਨਿਆਰੀ ਚੰਗਾ ਸੀ। ਅੱਛਾ ਜਿਹੜੇ ਨੇ ਦੇਤੇ ਉਹ ਆਪਾਂ ਨੂੰ ਨਹੀਂ ਜਾਣਦਾ ਤੇ ਆਪਾਂ ਉਹਨੂੰ ਨਹੀਂ ਜਾਣਦੇ ਤੇ। ਬਾਕੀ ਇਹਨਾਂ ਹੋਰ ਕੈਮਰੇ ਲੱਗੇ ਨੇ ਅੱਜ ਕੱਲ ਚੱਕੀ ਨਹੀਂ ਤਾਂ ਬਚਤ ਰਹੀ ਸੀ। ਬਸ ਹਾਂ, ਜੇ ਕੈਮਰੇ ਨਾ ਹੁੰਦੇ ਤਾਂ ਕੇਰਾ ਅਸੀਂ ਕੈਮਰੇ ਵੀ ਦਿਖਾਤੇ ਉਹਨੇ। ਕੇਰਾ ਤਾਂ ਚੱਕ ਲਏ, ਚੱਕ ਕੇ ਤਾਂ ਦੇਖ ਲਏ, ਮੁੜ ਕੇ ਧਰੇ ਨੇ ਉੱਥੇ ਉੱਥੇ ਫਿਰ ਧਰਤੇ। ਅਗਲੇ ਦਾ ਕਸੂਰ ਨਹੀਂ, ਅਗਲਾ ਤਾਂ ਕੈਮਰਾ ਚ ਦਿਖਾਉਣ ਦਾ ਵੀ ਚੱਕ ਕੇ ਲੈ ਗਈ। ਭੁੱਲ ਗਈ ਸੀ ਫਿਰ ਯਾਦ ਰਹੇ? ਹਰੇਕ ਕੀ ਗੱਲ ਕਹਿੰਦੀ ਆ ਭੁੱਲ ਗਈ ਸੀ। ਪਾਣੀ ਪੀਓ? ਕੋਈ ਨਾ, ਪਾਣੀ ਤਾਂ ਮੈਂ ਫੇਰ ਪੀ ਲੂੰਗੀ। ਤੂੰ ਆਹ ਧਰਿਆ ਬੋਚਕ ਦੇਣੇ ਸਾਂਭ ਕੇ, ਚਾਬੀ ਉੱਥੇ ਪਈ ਹੈ। ਹਾਏ ਹਾਏ, ਚਾਹ ਬਣਾ ਕੇ ਲਿਆਵਾਂ ਪਹਿਲਾਂ? ਚਾਹ ਦੀ ਤਾਂ ਖੈਰ ਹੈ, ਪਾਣੀ ਦੀ ਘੁੱਟ ਲਿਆ ਦੇ ਪਹਿਲਾਂ। ਠਹਿਰ ਕੇ ਕਰਨੀ ਚਾਹ, ਠਹਿਰ ਕੇ ਕਰਨੀ ਚਾਹ। ਹੁਣ ਉੱਥੇ ਸੁਨਿਆਰਾਂ ਨੇ ਪਿਆਤੀ ਚਾਹ, ਸਾਰਾ ਦਿਨ ਚਾਹ ਹੀ ਚਾਹ। ਨਪੁੱਤੀ ਦੀਦੀ ਤੇ ਜਮੀ ਯਾਦ ਨਹੀਂ ਰਹਿੰਦਾ, ਕੋਈ ਵੀ ਚੀਜ਼ ਯਾਦ ਨਹੀਂ ਰਹਿੰਦੀ। ਇਹ ਤਾਂ ਐਂ ਐਂ ਕਿਵੇਂ ਸਰੂਗਾ ਵੇ? ਛੱਡ ਖੜਾ ਪੁੱਤ, ਕੋਈ ਗੱਲ ਨੀ, ਹੁਣ ਜਦੋਂ ਉੱਥੇ ਆਏ ਗਏ ਤੂੰ ਐ ਤਾਂ ਫੇਰ ਸੱਚ। ਅੱਜ ਮੈਂ ਬਾਲਾ ਸਿਆਣਪ ਵਾਲਾ ਕੰਮ ਕਰਿਆ ਸੀ, ਬਾਲਾ ਸਿਆਣਾ ਕੰਮ ਸੀ। ਕੀ ਕਰਿਆ ਸੀ? ਇਹ ਕਰਿਆ ਸੀ, ਭੁੱਲ ਗਈ ਬਸ। ਆ ਦੇ ਬੇਬੇ ਉੱਚੀ ਬੋਲ ਕੇ ਭੁਲਾਤਾ? ਲੈ ਅੱਜ ਤਾਂ ਉੱਚੀ ਬੋਲ ਕੇ ਭੁਲਾਤਾ ਮੈਂ ਪਹਿਲਾਂ। ਬਸ ਤੁਸੀਂ ਉੱਚੀ ਬੋਲ ਪੈਂਦਾ, ਮੈਂ ਭੁੱਲ ਗਈ। ਕੰਮ ਕਿਹੜਾ ਕਰਤਾ ਤੈਂ ਇਹ ਜਾ? ਕਿਹੜਾ ਹੁਕਮ ਅੰਦਰਾ? ਮੈਨੂੰ ਤਾਂ ਆਪ ਨਹੀਂ ਲੱਗਦਾ ਕਿਹੜਾ ਸਿਆਣਪ ਵਾਲਾ ਕੰਮ ਕਰਤਾ ਤੈਂ ਇਹ ਜਾ ਵੀ ਜਿਹੜਾ ਇੰਨਾ ਵਧੀਆ ਕਰਤਾ। ਅੱਜ ਭੁੱਲ ਗਈ ਅਗੇ ਮੈਂ, ਅੱਗੇ ਕਾਹਨੂੰ ਭੁੱਲੀ ਆ ਮਹਾਂ ਗੁਰੇ। ਭੁਲਾਤਾ ਤੁਸੀਂ ਅੱਜ ਉੱਚੀ ਵਾਲਾ ਬੋਲਦੇ ਹੋ? ਹੁਣ ਯਾਦ ਨਹੀਂ ਬੋਲਦੇ ਸੀ? ਯਾਦ ਨਹੀਂ ਆਉਂਦਾ? ਦਾਲ ਦੂਲ ਕਹਿੰਦੀ ਹੋਵੇਗੀ ਕਾਸੇ ਦੀ, ਹੈਂ? ਬਸ ਭੁੱਲ ਗਈ, ਭੁੱਲ ਲੈ। ਕੰਮ ਕਰ ਰਹਾ ਜਾ ਕੇ ਲੱਗੇ ਆ ਭਾਂਡੇ ਲੈ ਜਾ। ਅੱਗੇ ਜੇ ਮੈਂ ਉਹਨੂੰ ਜੋ ਰੋਜ਼ ਹੀ ਯਾਦ ਰੱਖਦੀ ਹੈ ਗੱਲਾਂ, ਬਾੜਾ ਨਵੀਂ ਭੁੱਲੀ ਜਾ। ਬਾੜਾ ਭੁੱਲਦੀ ਹੈ ਭਾਈ, ਕੀ ਕਰੀਏ? ਲੈ ਸੰਨੀ ਦਾ ਕੰਮ ਤਾਂ ਨਿਬੜ ਗਿਆ, ਚੱਲੀਏ ਮਾਨਸਾ ਦੇ ਕੇ ਆਈਏ ਪੈਸੇ ਚਾਹ ਕੋਲ ਵਾਲੇ ਫੋਨ ਆਸੇ ਨੂੰ ਤਾਂ। ਟਰੈਕਟਰ ਦਾ ਕੰਮ ਵੇਖਰਾ ਸੀ ਉਹਦੇ ਰਹਿੰਦੇ ਕੁਛ। ਬੀਰਪਾਲ ਐਂ ਕਰ, ਤੂੰ ਨਾ ਬੇਬੇ ਤੋਂ ਪੈਸੇ ਫੜ ਕੇ ਲੈਣੋ ਦੇ ਲਿਆ ਸੀਗਾ ਮੈਂ, ਨਾਲ ਤਾਂ ਟਰੈਕਟਰ ਦੇ ਦੇ ਕੇ ਆਉਣਾ ਕੰਮ ਕਰਾਇਆ ਸੀਗਾ, ਨਾਲੇ ਚਾਹ ਘੋੜਾ ਦਾ ਫੋਨ ਆਇਆ ਸੀਗਾ। ਅੱਛਾ ਲਿਆ ਬੇਬੇ ਤੋਂ ਫੜ ਕੇ ਲਿਆਉਣੀ ਆ। ਬੇਬੇ ਲੱਛੀ ਪੈਸੇ ਮੰਗੀ ਜਾਂਦਾ ਸੀ, ਉਹ ਕਿਸੇ ਰੇ ਸਪਰੇਅ ਵਾਲੇ ਦਿਨ ਸਮਾਨ ਸਮੂਨ ਲਿਆਉਣਾ ਹੋ। ਕੋਈ ਨਾ, ਦਿੰਦੀ ਆ ਉਹ ਤੁਮੇ। ਅੱਛਾ ਦੇ ਦੇ। ਕੀ ਕਰਨੇ ਨੇ ਉਹਨੇ ਹੁਣ? ਉਹ ਲਿਆ ਦੋ ਹੁਣ, ਘੰਟਾ ਹੋਇਆ ਉਹਨੂੰ।
ਬੇਬੇ ਲਿਆਣਾ ਪੈਸੇ? ਬੇ ਲਿਆਉਣੀ ਆ, ਘੰਟਾ ਹੋ ਗਿਆ ਮੈਨੂੰ। ਹਾਂ ਲਿਆਉਣੀ ਆ ਪੈਸੇ, ਨਾ ਅੰਨਾ ਜਲਾਹਾ ਮਾਂ ਨਾਲ ਮਛਕਰੀਆਂ। ਪੈਸੇ ਕਿੱਥੇ ਨੇ ਬੇ? ਪੈਸਾ ਤੂੰ ਲੈ ਗਿਆ, ਤੈਂ ਤਾਂ ਰੱਖੇ ਨੇ। ਮੇਰੀ ਗੱਲ ਸੁਣਦਾ, ਉਹ ਕੀ 5-10 ਰੁਪਈਆ ਤੇ ਵੀ ਮੈਂ ਧਰਕੇ ਭੁੱਲ ਗਈ, 50,000 ਰੁਪਈਆ ਸੀ। ਮੈਂ ਨੀ ਚੱਕੇ, ਸੌਂ ਖਾ ਵੀ ਕਿੱਡੀ ਮਰਜ਼ੀ ਵਾਲਾ। ਫਿਰ ਮੈਂ ਤੈਨੂੰ ਕਿਉਂ ਕਹਿੰਦਾ ਵੀਰਪਾ ਨੂੰ ਕਹਿ ਫੜ ਕੇ ਲਿਆ ਬੇਬੇ ਤੋਂ ਪੈਸੇ? ਮੈਂ ਨਾ ਪੁੱਤ, ਮੇਰੇ ਕੋਲ ਉੱਥੇ ਤਾਂ ਪੈਸੇ ਹੈ ਨੀ, ਪਰਮਾਤਮਾ ਦੀ ਸੌਂ। ਕਮਾਲ ਦੀ ਗੱਲ, ਗਏ ਕਿੱਧਰ? ਮੈਨੂੰ ਨੀ ਪਤਾ, ਮੈਂ ਧਰੇ ਨੇ ਤੈਂ ਮੈਨੂੰ ਫੜਾਏ ਨੇ। ਬੇਬੇ ਹੁਣ ਕੀ ਕਰੀਏ? ਐਂ ਕਰ ਵੀਰਪਾਲ ਨੂੰ ਪੁੱਛੀਏ, ਉਹਨੇ ਪਰਾਂ ਨਾ ਕਰਤੇ ਹੁਣ। ਵੀਰਪਾਲ ਨੀ ਇਹੋ ਜਿਹੀ ਚੀਜ਼ ਉਰਾਂ ਪਰਾਂ ਕਰਦੀ, ਤਾਂ ਪੁੱਛਣਾ ਪੁੱਛ ਲੈ। ਵੀਰਪਾਲ, ਮੈਂ ਤਾਂ ਐਂ ਵੀ ਤੂੰ ਲੈ ਗਿਆ ਸੀ ਪੁੱਤ। ਨਾ ਨਾ ਮੈਂ ਨੀ ਲਿਆ। ਵੀਰਪਾਲ ਇੱਧਰ ਆ ਤੂੰ। ਅਰਿਆ 50,000 ਰੁਪਏ ਤਾਂ ਚੱਕ? ਨਾ ਮੈਂ ਨੀ ਚੱਕਿਆ, ਮੈਂ ਕੀ ਕਰਨਾ? ਕਮਾਲ ਦੀ ਗੱਲ ਲੈ, ਕੋਈ ਲਿਆਣਾ ਹੋਵੇ ਤੂੰ? ਨਾ ਲਗਿਆ ਤਾਂ ਨਾ ਹੋਊਗਾ, ਤਾਂ ਉਰਾਂ ਪਰਾਂ ਨਾ ਧਰਤੇ ਹੁਣ ਪੁੱਤ, ਯਾਦ ਕਰ ਲੈ। ਬੇਬੇ ਮੈਂ ਤਾਂ ਚੱਕੇ ਨੀ, ਮੈਂ ਕੀ ਕਰਨਾ ਆ? ਕਮਾਲ ਦੀ ਗੱਲ, ਹੋਰ ਪੈਸੇ ਗਏ ਕਿੱਧਰ? ਐਂ ਤਾਂ ਇਹ ਚੱਕਦੀ ਨੀ, ਮੈਨੂੰ ਗਰੰਟੀ ਹੈ। ਫਿਰ ਐਂ ਗਏ ਕਿੱਧਰ? ਪੈਰ ਲਾ ਗਏ ਉਹ। ਮੈਂ ਨੀ ਚੱਕੇ, ਮੈਂ ਕਿਹਨੂੰ ਦਿੱਤੇ? ਕਿਤੇ ਮੈਂ ਦੇ ਤਾਂ ਦਿੱਤੇ। ਬੇਬੇ ਪੱਕਾ ਇਸ ਤੈਂ ਦਿੱਤੇ ਨੇ? ਇਹਦੇ ਕੋਲੇ ਆ। ਹਾਂ ਤੂੰ ਪੁੱਤ ਯਾਦ ਕਰ, ਕਿਸੇ ਨੂੰ ਦਿੱਤੇ ਹੋਣਗੇ ਤੈਂ। ਨਹੀਂ ਮੈਂ ਨੀ ਦਿੱਤੇ, ਮੇਰੇ ਤਾਂ ਉਹੀ ਦਿਮਾਗ 'ਚ ਆ ਗਈ। ਵੀਰਪਾਲ ਪੁੱਤ ਨਾ ਬੇਬੇ, ਮੈਂ ਨਹੀਂ। ਹੌਲੀ ਬੋਲ ਬੇ, ਠੰਡੇ ਦਿਮਾਗ ਨਾਲ ਸੋਚ ਲਾ ਤੂੰ ਮੇਰੀ ਗੱਲ। ਸੁਣੀ ਪੁੱਤ, ਹੌਲੀ ਤੂੰ ਨਾ ਐਂ ਸੋਚ, ਪੈਸੇ ਤਾਂ ਪੁੱਤ ਤੈਂ ਦਿੱਤੇ ਨੇ, ਉੱਥੋਂ ਆਪਣੇ ਘਰੋਂ ਪੈਸੇ ਕੌਣ ਚੱਕ ਲੈ ਜਾਊਗਾ? ਨਾ ਬੇਬੇ, ਉਹੀ ਮੇਰੇ ਸਿਰ ਲਾਈ ਨੇ। ਨਹੀਂ ਮੈਂ ਨਹੀਂ ਦਿੱਤੇ ਕਿਸੇ ਨੂੰ, ਨਹੀਂ ਨਹੀਂ। ਤੂੰ ਕਹੀ ਤਾਂ ਜਾਂਦੀ ਸੀਗੀ। ਉਹ ਤਾਂ ਮੈਂ ਉਹੀ ਸੋਚਣ ਲੱਗ ਗਈ ਵੀ ਕਿਤੇ ਮੈਂ ਤਾਂ ਨਹੀਂ ਦਿੱਤੇ। ਨਾ ਬੇਟਾ ਨਹੀਂ ਦਿੱਤੇ, ਨਾ ਨਹੀਂ। ਮੇਰੀ ਗੱਲ ਸੁਣੀ ਪੁੱਤ, ਤੂੰ ਠੰਡੇ ਦਿਮਾਗ ਨਾਲ ਸੋਚ ਲੈ, ਪੈਸੇ ਤਾਂ ਧੀਏ ਤੈਂ ਦਿੱਤੇ ਨੇ, ਆਪਣੇ ਘਰੋਂ ਚੀਜ਼ ਕੋਈ ਜਾਂਦੀ ਨਹੀਂ, ਤੈਂ ਕਿਸੇ ਨੂੰ ਦਿੱਤੇ ਹੋਣਗੇ। ਐਂ ਯਾਦ ਕਰ ਲੈ, ਆਪਣੇ 20 ਵਾਰੀ ਕੋਈ ਲੈ ਜਾਂਦਾ, ਕੋਈ ਲੈ ਆਉਂਦਾ, ਇਹ ਨਹੀਂ ਹੈਗਾ ਮੈਂ ਤੇਰੇ ਨਾਂ ਲਾਉਂਦੀ ਹਾਂ। ਪੁੱਤ ਤੂੰ ਠੰਡੇ ਦਿਮਾਗ ਨਾਲ ਸੋਚ, ਪੈਸੇ ਹੋਰ ਕੌਣ ਲੈ ਗਿਆ ਆਪਣੇ ਕੋਲ? ਕਿਵੇਂ ਲੜੀ ਜਾਂਦੇ ਨੇ, ਵਾਲੀ ਉੱਚੀ ਉੱਚੀ ਬੋਲੀ ਜਾਂਦੇ ਨੇ, ਹੈਂ ਮੈਨੂੰ ਸਮਝ ਨਹੀਂ ਆਉਂਦੀ। 50,000 ਰੁਪਈਆ ਲਿਆ ਕਿਸੇ ਨੇ ਫੜਾਤਾ ਮੁੰਡੇ ਨੇ। ਅੱਛਾ, ਕਹਿੰਦਾ ਮੈਂ ਰੇਹ ਦੇ ਸਪਰੇਹ ਦੇ, ਮੈਂ ਫਿਰ ਦੇ ਕਿਉਂ? ਅੱਜ ਮੈਨੂੰ ਕਹਿੰਦਾ ਪੈਸੇ ਦੇ ਦੇ, ਉੱਥੇ ਫਿਰ ਪੈਸੇ ਹੈ ਨੀ। ਅੱਛਾ, ਮੈਂ ਆਖਿਆ ਪੁੱਤ ਤੂੰ ਭੁੱਲਦੀ ਹੈ, ਤੈਨੂੰ ਕਿਸੇ ਨੂੰ ਦੇ ਕੇ ਭੁੱਲੀ ਹੈ? ਕੋਈ ਪੈਸੇ ਮੈਂ ਦਿੱਤਾ ਨੀ ਕਿਸੇ ਨੂੰ, ਮੇਰਾ ਇੰਨਾ ਤਾਂ ਯਾਦ ਹੈ, ਮੈਂ ਚੱਕੇ ਨੀ ਪੈਸੇ। ਫੁੱਲ ਦੀ ਤਾਂ ਇਹ ਹੈਗੀ ਹੈ, ਫੁੱਲ ਤਾਂ ਉਹਦੇ 8 ਗ੍ਰਾਮ ਦੇ ਟੌਕਸ ਆਈ ਸੀ ਸੁਨਿਆਰ ਦੇ। ਆਹੋ ਬਸ, ਵਾਰੀ ਤਾਂ ਨਹੀਂ ਭੁੱਲੀ ਜਾਂ ਚੀਜ਼ਾਂ ਬੇਬੇ। ਟੌਪਸ ਫਿਰ ਹੁਣ ਇਹ ਕਿਹੜਾ ਮੰਨਦੀ ਹੈ ਭਾਈ? ਇਹ ਤਾਂ ਧੀਏ ਤੇਰੀ ਮਾੜੀ ਗੱਲ, ਕਿਸੇ ਨੂੰ ਦੇਖ ਕੇ ਨਾ ਭੁੱਲ ਗਈ ਹੋਵੇ। ਨਹੀਂ ਚਾਚੀ, ਮੈਂ ਕਿਸੇ ਨੂੰ ਨਾ ਦਿੱਤੇ, ਮੇਰੇ ਯਾਦ ਨਾ ਹੁਣ। ਨਹੀਂ ਪੁੱਤ, ਦਿਮਾਗ ਇਹੋ ਜਿਹੇ ਹੁੰਦੇ ਨੇ ਅੱਜ ਕੱਲ੍ਹ ਨਿਆਣਿਆਂ ਦੇ, ਉਹ ਜਿਹੜੇ ਮੋਬਾਈਲ ਇਹਨਾਂ ਤੇ ਜੱਖਣਾ ਖੋਤੀ ਦਿਮਾਗਾਂ ਦੀ। ਨਹੀਂ ਕਿ ਉਹਦੇ ਵਿੱਚ ਗੱਡੀਆਂ ਰਹਿੰਦੇ ਸਾਰਾ ਦਿਨ। ਭੁੱਲੀ ਤਾਂ ਭੈਣੇ ਇਹ ਹੈਗੀ ਹੈ। ਅੱਛਾ, ਇੰਨਾ ਤਾਂ ਸਾਨੂੰ ਵੀ ਪਤਾ, ਪਰ ਇਹਦੇ ਯਾਦ ਨਹੀਂ ਹੈਗੀ ਅੱਜ ਕੱਲ। ਕੋਈ ਨਹੀਂ, ਚੰਗਾ ਭੈਣੇ ਮੈਂ ਤਾਂ ਜਾਣੀ। ਚਲ ਬੇਬੇ, ਜਿਹੜਾ ਕੰਮ ਹੋਣਾ ਸੀ ਠੀਕ ਆ, ਚਲ ਮੈਂ ਅੜਤੀ ਤੋਂ ਫੜ ਲੂੰਗਾ। ਫੜ ਲਿਆ ਪੁੱਤ ਫੇਰ, ਜਿਹੜਾ ਹੋਣਾ ਸੀ ਕੰਮ। ਹਾਂ ਨਹੀਂ ਭੈਣੇ, ਤੂੰ ਕਿਵੇਂ ਆਈ? ਮੈਂ ਤੈਨੂੰ ਕੀ ਦੱਸਾਂ ਭੈਣੇ, ਮੈਂ ਤਾਂ ਤੁਸੀਂ ਬੋਰ ਦੇ ਸੁਣ ਕੇ ਉੱਚੀ ਉੱਚੀ
ਅੱਛਾ ਮੈਂ ਆਖਿਆ ਪਤਾ ਨਹੀਂ ਕਿਉਂ ਬੋਲੀ ਜਾਂਦੇ ਨੇ, ਮੈਂ ਜਾ ਕੇ ਦੇਖਾਂ। ਨਹੀਂ ਬੋਲਦੇ ਤਾਂ ਇਹਦੇ ਯਾਦ ਕਰਾਉਂਦੇ ਤੇ। ਅੱਛਾ ਹੋਰ ਚਲ ਆ ਜਾਣਗੇ ਚੇਤੇ, ਐ ਨਹੀਂ ਪਤਾ ਤੂੰ ਸੂਈ ਲਾਤੇ ਹੁਣ ਦੇਖ ਦੁਖਲੇ ਪਣੇ ਆਪਦੇ। ਐ ਕਰ ਪੁੱਤ ਕੰਮ ਕਰ, ਉਹ ਮੰਜਾ ਡਾ ਦੇ ਉਰੇ। ਆ ਤਾਂ ਲੁਕੋਲਾ ਕਿਤੇ ਦੇਖ ਵੀ ਨਾ ਲੈਣਾ, ਇਹਨਾਂ ਤਾਂ ਲੁਕੋਵਾਂ। 50,000 ਜਿਹੜਾ ਦੇਣ ਆਈ ਸੀ, ਲੱਜਤ ਆ ਗਈ, ਨਾ ਤਾਂ ਮੇਰਾ ਲਾਉਣ ਭਰੇਗਾ ਘਰ ਵਾਲਾ। ਨਾਲੇ ਉਹੀ ਗੱਲ ਵਿਆਜ ਕਹਿੰਦੀ ਸੀ, ਇਹ ਤਾਂ ਮੂਲ ਵੀ ਰਹਿ ਗਿਆ ਮੇਰੇ 'ਚ, ਵਧੀਆ ਹੋ ਗਿਆ। ਜਿਹੜਾ ਬੰਦੇ ਦਾ ਕਹਿੰਦੇ ਹੁੰਦੇ ਬੰਦਾ ਨਹੀਂ ਹੈਗਾ, ਉਹਦਾ ਰੱਬ ਹੈ। ਰੱਬ ਨੇ ਵਧੀਆ ਦੇਤਾ ਸਾਥ, ਉਹ ਤਾਂ ਗਈ ਹੁਣ ਭੁੱਲ, ਉਹਦੇ ਤਾਂ ਯਾਦ ਨਹੀਂ। ਚੱਕ ਨਾਲੇ ਜਿਹਦੇ ਹੋਰ ਫੜੇ ਨੇ ਉਹਦੇ ਮੋੜੂੰਗੀ। ਹਾਂ ਰਾਜੂ ਕੀ ਹਾਲ ਨੇ? ਵਧੀਆ ਵਧੀਆ। ਕਿੱਥੇ ਸੀ? ਅੱਛਾ ਅੱਛਾ। ਉਹ ਯਾਰ ਮੈਂ ਤਾਂ ਖੁੱਲਣੀ ਜਿਹਾ ਖਰਾਬ ਹੋ ਰਿਹਾ, ਫਰਸ਼ ਵਾਲਾ ਖਰਾਬ ਹੋ ਰਿਹਾ, ਪਸ਼ੂ ਵਾਲਾ। ਉਹ ਮਿਸਤਰੀ ਦਾ ਨੰਬਰ ਲੈਣਾ ਜਿਹੜਾ ਤੇਰੇ ਕੰਮ ਕਰਕੇ ਵਧੀਆ ਕਰਿਆ ਕੰਮ ਹੋਣਾ ਯਾਰ। ਨੰਬਰ ਲਿਖਿਆ ਸੀ? ਹਾਂ ਇੱਕ ਮਿੰਟ, ਕਾਪੀ ਕੱਢ ਲਾ ਮੈਂ, ਇੱਕ ਮਿੰਟ। ਖੜ ਜਾ ਇੱਕ ਮਿੰਟ। ਹਾਂ ਬੋਲ। 62803 95010। ਹਾਂ ਠੀਕ ਆ। ਹੈਂ ਹੈਂ ਜਰਾ ਆ ਕੀ 50,000 ਰੁਪਇਆ 150 ਰੁਪਏ ਸੈਂਕੜੇ 'ਤੇ ਚਾਚੀ ਨੂੰ ਦਿੱਤਾ 31/8/2024। ਉਹ ਇਹ ਤਾਂ ਉਹੀ 50,000 ਰੁਪਇਆ ਫੇਰਦਾ 15 ਦਿਨ ਪਹਿਲਾਂ ਕਲੇਸ ਪੈ ਕੇ ਖੇਡਿਆ ਕਰੇ। ਲੈ ਲਿਖਾਈ ਵੀ ਵੀਰਪਾਲ ਦੀ ਹੈ ਜਮਾਂ ਨਾਲੇ, ਹੋਈ ਨਹੀਂ ਸਕਦਾ ਲਿਖਾਈ ਹੋਰ ਹੋਵੇ। ਇਹ ਤਾਂ ਕੱਸ ਗਿਆ ਪੁੱਤ ਜਮੀ, ਹੁਣ ਤਾਂ ਕਿਸੇ ਦੇਣ ਵਾਲੇ ਰਹਿ ਗਿਆ। ਹਾਂ ਕੱਸਿਆ ਪਿਆ ਬੇਬੇ। ਹਾਂ ਰੰਗ ਸੋਨਾ। ਚਲ ਆ ਉਹ ਹਾਂ ਵੀ ਆੜਤੀਆ ਸਾਹਿਬ। ਕੀ ਹੋ ਗਿਆ? ਆਹਾ ਕਿਹੜੀ ਚਾਚੀ ਨੂੰ ਤਾਂ 50,000 ਰੁਪਇਆ? ਮਤਲਬ ਮੈਂ ਕਿਹੜੀ ਚਾਚੀ ਨੂੰ ਦੇਣਾ? ਆ ਲਿਖਾਈ ਤੇਰੀ ਨਹੀਂ ਦੇਖ ਕਮਲ, 31/8/2024 ਨੂੰ। ਹਾਂ ਆ ਤਾਂ ਹਾਏ ਮੇਰੀ ਲਿਖਾਈ ਹੈ ਤਾਂ। ਕਿਹੜੀ ਚਾਚੀ ਇਹ? ਇਹ ਪਰਮਜੀਤ ਚਾਚੀ, ਹੋਰ ਕਿਹੜੀ ਚਾਚੀ ਸੀ? ਉਹਨੂੰ ਦਿੱਤਾ ਸੀ ਗੇ, ਉਹਨੂੰ ਦਿੱਤਾ ਸੀ। ਉਹ ਤਾਂ ਮੁੱਕਰ ਗਈ, ਫਿਰ ਹੁਣ ਕਿੱਥੋਂ ਦੇਊਗੇ? ਉਹ ਉਹਦੇ ਇੱਥੇ ਡੁੰਨ ਵੱਟਾ ਬਣ ਕੇ ਖੜੀ ਰਹੀ ਹੈ। ਹੋਰ ਨਾ ਲੈ ਮੁੱਕਰੂ ਕਿਵੇਂ? ਮੈਂ ਕਹੂੰ ਤੇ ਮੈਂ ਲਿਖਿਆ ਸੀ ਉਹਦੇ ਦੇ ਕੇ ਇੰਨੀ ਤਰੀਕ 31/8/2024। ਫਿਰ ਚੱਲ ਉਹਦਾ ਮੈਂ ਨੰਬਰ ਲਿਖਦਾ ਸੀਗਾ ਮਿਸਤਰੀ ਦਾ, ਮੈਂ ਦੇਖ ਲਿਆ, ਮੈਂ ਹਾਂ ਕੀ ਲਿਖਿਆ ਪਿਆ। ਜੇ ਉਹਨੇ ਦੇਣੇ ਹੁੰਦੇ ਉਹਦੇ ਕਹਿੰਦੀ ਵੀ ਭੈਣੇ ਉਹ 50,000 ਤਾਂ ਨਹੀਂ ਕਹਿੰਦੇ ਵੀ ਕਿਉਂ ਲੜਦੇ? ਉਹਨੂੰ ਐਂ ਪਤਾ ਹੋਊਗਾ ਵੀ ਉਹ ਭੁੱਲ ਗਈ। ਨਹੀਂ ਤੈਨੂੰ ਆਉਂਦਾ ਕੀ ਹੈ ਭੁੱਲਣ ਤੋਂ ਬਿਨਾ? ਲੈ ਲਿਖਤਾ ਦਿੱਤਾ ਬੇਬੇ ਆਉਣ ਨੂੰ, ਮੇਰੀ ਗੱਲ ਵਿਆਜ ਤੇ ਪੈਸੇ ਦੇ ਦੇ, ਆਦੇ 150 ਰੁਪਏ ਸੈਂਕੜਾ। ਹਾਏ ਕਹਿੰਦੀ ਲਿਖਤਾ ਦਿੱਤਾ, ਅਗਲਾ ਦੇ ਸੈਂਕੜੇ ਨੂੰ। ਛੇਤੀ ਛੇਤੀ ਚੱਲੋ, ਨਾਲੇ 150 ਰੁਪਏ ਵਿਆਜ ਸੈਂਕੜਾ ਲਵਾਂਗੇ ਆਪਾਂ ਤੋਂ। ਸਿਆਣੀ ਸੀ ਉਹਦਾ ਕਿੰਨਾ ਸੋਹਣਾ ਮੂਲ ਦੇ ਥੋੜਾ, ਇੰਨਾ ਜੇ ਕਰੋੜੀ ਮੰਨ ਲੈ ਇਹ ਬਾਬੂ, ਕਿੰਨਾ ਸਿਆਣਾ ਕੰਮ ਕਰਿਆ। ਮੂਲ ਮਿਲ ਜਾਏ ਨੀ ਬਹੁਤਾ ਕੱਦੂ ਤੋਰੀਆਂ ਤਾਂ ਹੁਣ ਰਲਮੇ ਹੀ ਕਰ ਲੂ। ਚੱਲ ਕਈ ਦਿਨਾਂ ਤੋਂ ਤਾਂ ਤੋਰੀਆਂ ਥਿਆਈਆਂ ਹੈਂ, ਨਾਲੇ ਕੱਦੂ। ਚੱਲ ਬੜਾ ਹੀ ਸਵਾਦਦਾਰ ਬਣੂਗੀ ਹਰੀ ਸਬਜ਼ੀ। ਪਰਮਜੀਤ ਘਰੇ ਆ ਭੈਣੇ? ਹਾਂ ਆ ਜਾ ਭੈਣੇ ਘਰੇ ਆ।
ਕੀ ਕਰੀ ਜਾਂਦੀ ਹੈ? ਸਬਜ਼ੀ ਚੀਰ ਲੱਗਦੀ ਸੀ, ਆ ਜਾ ਜਾ। ਸਤਿ ਸ਼੍ਰੀ ਅਕਾਲ ਭੈਣੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਪੁੱਤ। ਬਾਈ ਜੀ ਭਾਈ ਕੁਰਸੀਆਂ ਚੱਕ ਲਿਓ, ਬਾਈ ਜੀ ਚੱਕ ਲਿਓ, ਚੱਕ ਲਿਓ। ਹੋਰ ਠੀਕ ਰਹੀ ਭੈਣੀ? ਠੀਕ ਹੀ ਹੈ। ਦੇਖ ਭੈਣ ਪਰਮਜੀਤ, ਹਾਂ ਆਪਣਾ ਬਣਿਆ ਹੋਇਆ ਘਰ। ਹਾਂ ਹਾਂ ਠੀਕ ਹੈ, ਜਦੋਂ ਆਈ ਕਰ ਦੇ। ਮੈਂ ਦੱਸਦੀ ਹਾਂ, ਕਰ ਦੇ ਠੀਕ ਹੈ। ਤੈਨੂੰ ਸਾਰੀ ਗੱਲ ਦਾ ਪਤਾ ਵੀ ਸਾਡੀ ਬਹੂ ਭੁਲੱਕੜ ਹੈ। ਹਾਂ 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 ਹਨਾ, ਜੇ ਆਪਾਂ ਕਰਦੇ ਹਾਂ। ਹਾਂ ਠੀਕ ਹੈ। ਲੈ ਭੈਣੇ ਆ 50,000 ਰੁਪਈਆ ਨਾ ਮੇਰੇ ਹੱਥ ਦੇ ਧਰ ਦੇ, ਜਿਹੜਾ ਤੂੰ ਲੈ ਕੇ ਆਈ ਹੈ। ਕਦੋਂ ਲੈ ਕੇ ਆਈ ਹੈ ਭੈਣੇ? ਲੈਣ ਨਾ ਦੇਣ ਕਿੱਦੇ ਤਾਈ ਮੈਨੂੰ ਦਿੱਤੇ ਨੇ? ਚਾਚੀ ਲਿਆਈ ਤਾਂ ਸੀਗੀ, ਜਿੱਦਾਂ ਮੈਂ ਕਹਿੰਦੀ ਸੀ 2 ਮੇਰੇ ਯਾਦ ਆ ਗਿਆ, ਹੁਣ ਤਾਂ 2 ਰੁਪਈਏ ਸੈਂਕੜੇ ਤੇ ਕਹਿੰਦੀ ਸੀ, ਤੂੰ ਕਹਿੰਦੀ 1 ਰੁਪਈਆ। ਐਡੀ ਮੈਂ ਭੁਲੱਕੜ ਵੀ ਨੀ, ਮੇਰੇ ਯਾਦ ਆ ਗਿਆ ਉਹ ਦਿਨ। ਤੇ ਫਿਰ ਤੂੰ, ਫਿਰ ਮੈਂ ਕਿਹਾ ਨਾ ਚਾਚੀ ਤੇਰੀ ਨਾ ਮੇਰੀ 1.5 ਰੁਪਈਏ ਤੇ ਦਿੱਤਾ ਸੀ। ਨਾ ਨਾ ਪਿਆ ਮੇਰਾ ਉਹਦਾ ਚਾਚੀ, ਮੈਂ ਨੰਬਰ ਲੈ ਲਿਆ ਮਿਸਤਰੀ ਦਾ। ਜੀ ਟੈਂਟ ਨੂੰ 31 ਤਰੀਕ 8ਵਾਂ ਮਹੀਨਾ। ਮੇਰੀ ਸੁਣ ਲੈ ਇੱਧਰ ਗੱਲ, ਕੰਨ ਕਰ। ਚਾਚੀ ਤੂੰ ਸ਼ਰਿਆਮ ਮੁਕਰੀ ਜਾਂਦੀ ਹੈ। ਸ਼ਰਿਆਮ ਕਾ ਮੇਰੇ ਸੈਨ ਦਿਖਾ, ਮੇਰੇ ਗੂਠਾ ਦਿਖਾ, ਕੋਈ ਜਾਮਨ ਲਿਆ ਤੇਰੇ ਸਿਰ ਸਾਰ ਜਦ ਮੈਂ ਤੈਨੂੰ ਦੇਤਾ, ਮੈਂ ਲਿਖਤਾ ਇਹ ਕਿਸੇ ਨੂੰ ਹੋਰ ਦੇ ਬੈਠੀ। ਚਾਚੀ ਇਹਨੂੰ ਲੱਗਿਆ ਸਾਹਮਣੇ 24 ਘੰਟੇ ਆਉਂਦੀ ਜਾਂਦੀ ਹੈ, ਹੋਵਾਂ ਤਾਂ ਮੈਂ ਚਾਚੀ ਨੂੰ ਇਹ ਡੰਬ ਲਿਆ। ਲੱਗੇ ਤਾਂ ਡੰਬਣਾ ਲਾ ਲੈ, ਤੇਰੇ ਨਾਲ ਦੁਸ਼ਮਣੀ ਸੀ ਕੋਈ ਚਾਚੀ? ਮੇਰੀ ਗੱਲ ਸੁਣ, ਜਮਾ ਦੁਸ਼ਮਣੀ ਨਹੀਂ, ਇਹ ਦਿਮਾਗ ਤੋਂ ਕੰਮ ਲੈ ਲਾ। ਦਿਮਾਗ ਦੀ ਲੱਤਾਂ, ਮੈਂ ਤਾਂ ਉਹਦੀ ਲਿਖਤੇ ਸੀ। ਲਿਖਦੀ ਫਿਰ ਮੇਰਾ ਗੂਠਾ ਲਵਾਉਂਦੀ, ਉੱਥੇ ਸਾਈਨ ਕਰਾਉਂਦੀ। ਜਿਹੇ ਇੰਨਾ ਬੇਈਮਾਨਾ ਹੁੰਦਾ ਮੈਂ ਉਹਦੀ ਸਾਈਨ ਕਰਵਾ ਲੈਂਦੀ, ਮੈਂ ਤਾਂ ਸਿੱਧੀ ਸਾਦੀ ਸੀ। ਬੇਈਮਾਨਾ ਠਾਗੀ ਤੂੰ? ਨਹੀਂ ਮੇਰੀ ਗੱਲ ਸੁਣੋ, ਇਹ ਬੇਈਮਾਨੀ ਵਾਲੀ ਗੱਲ ਨਹੀਂ। ਨਾ ਮੈਂ ਬੇਈਮਾਨੀ ਕਰਾਂ, ਤੈਨੂੰ ਤਾਂ ਐ ਹੋ ਗਿਆ, ਨਾਲੇ ਤੇਰੀ ਸੱਸ ਨੂੰ ਐ ਹੋ ਗਿਆ ਵੀ ਇਹਦੇ ਤਾਂ ਬੱਚੇ ਬਾਹਰ ਨੇ, ਹੋ ਮਨ ਤਾਂ ਮੈਂ ਆ ਤੋਹਫਾ ਠਾਵਾਂ। ਬਾਈ ਮੈਂ ਹੀ ਨਹੀਂ ਦਿੰਦੀ ਹੈਗੀ ਜਦੋਂ ਮੈਂ ਲਿਆਈ ਨਹੀਂ। ਚਾਚੀ ਲਿਖਿਆ ਹੋਇਆ ਤੇਰਾ ਬੇ ਲਿਖੇ ਨੂੰ ਲੈਣ ਨਾ ਦੇਣ। ਮੇਰੀ ਗੱਲ ਸੁਣ, ਨਾ ਮੇਰੀ ਲਿਖਾਈ ਹੈ, ਨਾ ਮੇਰਾ ਗੂਠਾ, ਨਾ ਮੇਰੇ ਸਾਈਨ ਹੈ। ਤੈਨੂੰ ਮੈਂ ਦੱਸਾਂ, ਕੋਈ ਜਾਮਨ ਲਿਆ ਕੇ ਦਿਖਾ ਮੇਰੇ ਮੂੰਹ ਤੇ। ਮੇਰੀ ਗੱਲ ਸੁਣ ਭੈਣੇ, ਹਾਂ ਹੁਣ ਤੂੰ ਮੁੱਕਰ ਗਈ ਸਰੇਆਮ, ਤੈਨੂੰ ਸਾਡੇ ਘਰ ਦਾ ਸਾਰਾ ਭੇਤ ਹੈ। ਅੱਛਾ ਹਨਾ, ਮੈਂ ਤਾਂ ਇਹਨੂੰ ਮੁੰਡੇ ਨੂੰ ਕਿਹਾ ਤੀ, ਮੈਂ ਕਿਹਾ ਤੇਰੀ ਚਾਚੀ ਆਪਣੇ ਉੱਥੇ ਗਿਆਂ ਦੇ ਸਿੰਘ ਪੜੋਸੂਗੀ, ਐ ਕਹੂਗੀ ਮੇਰੇ ਨੂੰਹ ਪੁੱਤ ਤਾਂ ਹੈਗੇ ਨੇ ਬਾਹਰ, ਵੀ ਸਾਨੂੰ ਮੈਨੂੰ ਕੱਲੀ ਨੂੰ ਦੇਖ ਕੇ ਢਾਉਂਦੇ ਨੇ। ਪੈਸੇ ਤਾਂ ਭੈਣੇ ਤੂੰ ਲਿਆਈ ਹੈ। ਮੇਰੀ ਗੱਲ ਸੁਣ, ਮੈਂ ਲੈਣੇ ਕੀ ਨੇ ਪੈਸੇ, ਕਾਹਦੇ ਵਾਸਤੇ ਲਿਆਈ? ਕਾਰਜੇ ਚ ਮਾਰਨੇ ਨੇ, ਪਤਾ ਨੀ ਕੀ ਕਿਸ਼ਤਾਂ ਕੁਛ, ਮੈਂ ਦੱਸਦੀ ਆ ਕੁਛ ਕਰਦੀ ਸੀ ਕਿਸ਼ਤਾਂ। ਹਾਂ ਲਿਆਈ ਤਾਂ ਤੂੰ ਭੈਣੇ ਕਿਸ਼ਤਾਂ ਕੁਛ ਤਾਂ। ਮੇਰੀ ਗੱਲ ਸੁਣ, ਕਿਸ਼ਤਾਂ ਭਰਨੀਆਂ ਨੇ, ਮੈਂ ਆਪਦੇ ਦਮ ਤੇ ਭਰਨੀਆਂ, ਮੈਂ ਸੋਡੀ ਕਮਾਈ ਦੇ ਕਿਸ਼ਤਾਂ ਭਰੂ ਕੁੜੇ। ਹਾਂ ਹੁਣ ਤੈਨੂੰ ਸੁਰਤ ਆ ਗਈ, ਅੱਜੋ ਪਹਿਲਾਂ ਤੂੰ ਲਿਖਿਆ ਯਾਦ ਆ ਗਿਆ। ਹਾਂ ਲਿਖਿਆ ਯਾਦ ਆ ਗਿਆ, ਉਹ ਬਣਾ ਕੇ ਮਗਰ ਤੋਹਫੇ ਕਿਸੇ ਸਿਰੀ ਤਾਂ ਦਿੱਤੀ ਤੂੰ ਦਿੰਦੀ ਨਹੀਂ। ਮੇਰੀ ਗੱਲ ਸੁਣ, ਸਾਬਰ ਆ ਸਾਡਾ ਤਾਂ। ਮੇਰੀ ਗੱਲ ਸੁਣ ਪਰਮਜੀਤ, ਚੱਲ ਸਾਬਰ ਕਰ ਕੁਛ ਕਰ, ਇੱਧਰ ਜਾ ਕੇ ਮੇਰੇ ਬਣੀ, ਇਹ ਕਿਸੇ ਨੇ ਤੈਨੂੰ ਹੋਰ ਵੀ ਲੜਾ ਕੇ ਮਾਰ। ਲੜਾ ਕੇ ਨਹੀਂ ਮਾਰਦੀ ਭੈਣੇ, ਜਿੱਦੇ 50,000 ਦਾ ਸਾਡੇ ਰੌਲਾ ਪੈ ਰਿਹਾ ਸੀ ਤੂੰ ਉੱਤੇ ਗਈ ਸੀ, ਤੂੰ ਬੋਲੀ ਨਾ ਫਿਰ। ਮੈਂ ਕੀ ਬੋਲਾਂ ਵੀ ਭਾਈ, ਆਪਦੀ ਨੂੰ ਪੁੱਛੋ, ਮੈਂ ਤਾਂ ਕਹੀਗੀ ਵੀ ਖਬਰ ਕਿੱਥੇ ਧਰੇ ਹੁਣ, ਚੱਲ ਕੁੜੇ ਚੱਲ ਗਏ, ਕਿਹਨੇ ਚਲਾ ਕੇ ਮੈਨੂੰ ਤਾਂ ਦੀਦਾ ਹੀ ਸੀ ਗੋਲਾ ਮਾਰ ਦੇ, ਇਹਦੇ ਨਹੀਂ ਨਿਕਲ, ਇਹਦੇ ਕਾਹ ਤੋਂ ਨਿਕਲਣਗੇ ਟੁਕੜੇ ਹੋ ਕੇ। ਤੂੰ ਕਰਿਆ ਕਰ ਇਹੋ ਜਿਹਾ ਕਿੱਤਾ, ਫੜ ਲੈ ਵਿਆਜ, ਮਰੇ ਮੁੱਕਰੇ ਦਾ ਹੈਗਾ ਕੋਈ ਇਲਾਜ? ਬਾਬਾ ਮੈਨੂੰ ਕੀ ਪਤਾ ਸੀ ਐਂ ਬੇਈਮਾਨ ਹੋ, 2 ਰੁਪਈਆ 2 ਰੁਪਈਏ ਕੋਈ ਨਾ ਚਾਚੀ ਸਾਬਰ ਆ, ਜਿਹੜੇ ਹੁਣ ਮੇਰੇ ਹੱਡ ਕਟਾਏਗੀ ਤੇਰੇ ਦੁੱਗੜੇ ਹੋ ਨਿਕਲਣ। ਚਾਚੀ ਦੇ ਕਿਉਂ ਨਿਕਲਣਗੇ? ਹਾਂ ਚਾਂਬੜੀ ਹੋਈ ਭੁਲੱਕੜ ਦੇ, ਹੁਣ ਹੱਡ ਕੁੱਟਣਗੇ। ਚੱਲ ਲੈ ਲੈਣ 2 ਰੁਪਈਏ ਸੈਂਕੜਾ ਵਿਆਜ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਵੀਰ ਜਿਵੇਂ ਵੀਡੀਓ ਹੁਣ ਦੇਖਦੇ ਹੋ ਨਾ, ਗੱਜ ਵੱਜ ਕੇ ਦੇਖਿਆ ਕਰੋ ਮੇਰਾ ਵੀਰ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਹਾਂਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ। ਹਾਂਜੀ
ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਹਾਂਜੀ ਹੁਣ ਵਾਰੀ ਇਹ ਕਮੈਂਟਾਂ ਦੀ। ਅਰਸ਼ ਰਾਮ ਮਹਿਰਾਜ ਬਠਿੰਡਾ, ਰਵਿੰਦਰ ਕੌਰ ਕੜਸਾਣਾ ਮੰਡੀ, ਆਕਾਸ਼ਦੀਪ ਸਿੰਘ, ਕੇਵਲ ਸਿੰਘ ਕੋਇਰ ਸਿੰਘ ਵਾਲੇ, ਸਤਨਾਮ ਸਿੰਘ ਖੜਿਆਲੀ ਸੰਗਰੂਰ, ਰੁਪਿੰਦਰ ਕੌਰ ਦਿੱਲੀ, ਰਣਜੋਤ ਸਿੰਘ ਰਾਜਪੁਰਾ, ਮਨਜੀਤ ਸਿੰਘ, ਸਨੀ ਸਿੰਘ ਪਟਿਆਲਾ ਬਿਜਲੀ ਬੋਰਡ ਵਾਲੇ, ਸਰਬਨਜੀਤ ਕੌਰ ਧੂਰੀ, ਰੁਪਿੰਦਰ ਰਿੰਪੀ ਅਤਲਾ, ਬਾਬਾ ਜਰਨੈਲ ਸਿੰਘ ਬੁਲਾਰਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਹੋ। ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਤੁਹਾਡੇ ਲਈ ਐਵੇਂ ਸੋਹਣਾ ਸੋਹਣਾ ਪਰਿਵਾਰਕ ਕੰਟੈਂਟ ਐਵੇਂ ਆਉਂਦਾ ਰਹੂਗਾ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਮੇਰੀ ਇੰਨੀ ਬੇਨਤੀ ਹੈ, ਸਾਨੂੰ ਵੀਡੀਓ ਦੇਖਣਾ, ਇਹਨੂੰ ਆਪਦੇ ਪਿੰਡ ਦਾ ਨਾਂ ਆਪਦਾ ਨਾਂ ਬੋਲ ਕੇ ਦੱਸਿਆ ਕਰੋ ਸਾਨੂੰ, ਫਿਰ ਅਸੀਂ ਉਵੇਂ ਨਾਂ ਲਵਾਂਗੇ ਤੁਹਾਡਾ। ਬਹੁਤ ਬਹੁਤ ਧੰਨਵਾਦ।